ਪੰਥ ਨੂੰ ਗੁਰਤਾ ਗੱਦੀ ਦਿੱਤੀ। 25 ਤਰੀਕ ਨੂੰ ਦੂਜ ਵਾਲੇ ਦਿਨ, ਦੀਵਾਲੀ ਤੋਂ ਦੂਜੇ ਦਿਨ, ਦੂਜ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਪੁਰਬ ਆਪਾਂ ਮਨਾ ਕੇ ਹਟੇ। ਸਤਿਗੁਰੂ ਜੀ ਨੇ ਆਤਮਾ ਕਰਕੇ ਜੋ ਗੁਰਤਾ ਗੱਦੀ ਦਿੱਤੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ, ਤੇ ਸਰੀਰ ਕਰਕੇ ਜੋ ਗੁਰਤਾ ਗੱਦੀ ਹੈ ਉਹ ਗੁਰੂ ਪੰਥ ਨੂੰ ਦਿੱਤੀ। ਕਲਗੀਧਰ ਦੇ ਬਚਨ ਨੇ, ਗੁਰਾਪਨ ਪੋ ਖਾਲਸਾ ਸੰਪਾ ਦੁਤੀ ਰੂਪ ਸਤਿਗੁਰ ਸ੍ਰੀ ਗ੍ਰੰਥਾ, ਕਿ ਮੈਂ ਆਪਣਾ ਆਪ ਗੁਰੂ ਖਾਲਸੇ ਪੰਥ ਨੂੰ ਸੌਂਪ ਦਿੱਤਾ ਹੈ ਔਰ ਮੇਰਾ ਦੂਸਰਾ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਯਾਨੀ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦੋਨਾਂ ਨੂੰ ਗੁਰਤਾ ਦਿੱਤੀ ਹੈ। ਦੇਹ ਤੇ ਆਤਮਾ ਦਾ, ਸਰੀਰ ਤੇ ਆਤਮਾ ਦਾ ਸੰਬੰਧ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਸ ਵੇਲੇ ਸਤਿਗੁਰਾਂ ਨੇ ਗੁਰਤਾ ਗੱਦੀ ਦਿੱਤੀ, ਸੂਰਜ ਪ੍ਰਕਾਸ਼ ਵਿੱਚ ਕਥਾ ਆਉਂਦੀ ਹੈ ਕਿ 5 ਪੈਸੇ ਨਾਰੀਅਲ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਜਦੋਂ ਕਲਗੀਧਰ ਜੀ ਤਖ਼ਤ ਸਾਹਿਬ ਤੋਂ ਥੱਲੇ ਨੂੰ ਆਏ ਨੇ ਨਾ, ਤੇ ਸੰਗਤ ਨੇ ਦਰਸ਼ਨ ਕੀਤੇ ਹੋਣੇ ਨੇ ਤਖ਼ਤ ਸਾਹਿਬ ਦੇ, ਤੇ ਥੱਲੇ ਇੱਕ ਨਿਸ਼ਾਨ ਸਾਹਿਬ ਹੈ, ਉੱਥੇ ਜਦੋਂ ਕਲਗੀਧਰ ਜੀ ਪਹੁੰਚੇ ਤੇ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਹੋਰ ਕਈ ਸਿੰਘ, ਭਾਈ ਦਇਆ ਸਿੰਘ, ਧਰਮ ਸਿੰਘ ਵਰਗੀਆਂ ਗੁਰਮੁਖ ਰੂਹਾਂ ਸਤਿਗੁਰੂ ਕਲਗੀਧਰ ਦੇ ਚਰਨਾਂ ਤੇ ਨਮਸਕਾਰ ਕਰਨ ਲੱਗੇ। ਕਹਿੰਦੇ ਜਦੋਂ ਨਮਸਕਾਰ ਕਰਨ ਲੱਗੇ ਹੱਥ ਚਰਨ ਨਜ਼ਰ ਆ ਰਹੇ ਨੇ, ਪਰ ਜਦੋਂ ਹੱਥ ਰੱਖਦੇ ਨੇ ਚਰਨਾਂ ਤੇ ਉਹ ਜ਼ਮੀਨ ਤੇ ਚਲੇ ਜਾਂਦੇ ਨੇ, ਚਰਨਾਂ ਦੇ ਉੱਤੇ ਹੱਥ ਨਹੀਂ ਟਿਕਦੇ। ਯਾਨੀ ਕਿ ਜੋਤ ਰੂਪ, ਸ਼ਬਦ ਰੂਪ ਹੋ ਚੁੱਕੇ ਸੀ ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਮਿਲ ਕੇ ਇੱਕਮਿਕ ਰੂਪ ਹੋ ਚੁੱਕੇ ਸਨ, ਨਜ਼ਰ ਆ ਰਹੇ ਸਨ ਪਰ ਸ਼ਬਦ ਰੂਪ ਹੋ ਚੁੱਕੇ ਸੀ। ਪੈਂਦੇ ਖਾਂ ਦੇ ਪੋਤਰੇ ਅਤੌਲਾ ਖਾਂ ਤੇ ਗੁੱਲ ਖਾਂ, ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਪਹੁੰਚੇ ਸਤਿਗੁਰਾਂ ਦੇ ਨਾਲ। ਇਹਨਾਂ ਨੇ ਮਹਾਰਾਜ ਜੀ ਨਾਲ ਪ੍ਰੇਮ ਪਾ ਲਿਆ, ਚੌਪੜ ਦੀ ਖੇਡ ਵੀ ਸਤਿਗੁਰੂ ਇਹਨਾਂ ਨਾਲ ਖੇਡਦੇ ਨੇ, ਪਰ ਇਹਨਾਂ ਦੇ ਮਨ ਵਿੱਚ ਸਤਿਗੁਰਾਂ ਦੇ ਪ੍ਰਤੀ ਵੈਰ ਦੀ ਭਾਵਨਾ ਜਾਗ ਪਈ ਕਿ ਇਹਨਾਂ ਦੇ ਦਾਦੇ ਨੇ, ਸਾਡੇ ਦਾਦੇ ਪੈਂਦੇ ਖਾਂ ਨੂੰ ਜੰਗ ਦੇ ਮੈਦਾਨ 'ਚ ਮਾਰਿਆ ਸੀ, ਉਹਦੀ ਮੌਤ ਦਾ ਬਦਲਾ ਇਹਨਾਂ ਨੂੰ ਮਾਰ ਕੇ ਲਈਏ। ਇਦਾਂ ਦੀ ਮੰਦ ਭਾਵਨਾ ਇਹਨਾਂ ਦੇ ਮਨ 'ਚ ਜਾਗੀ। ਕਲਗੀਧਰ ਜਾਣੀ ਜਾਣ ਜਾਣਦੇ ਸਨ, ਜਾਣ ਬੁੱਝ ਕੇ ਇਹਨਾਂ ਨੂੰ ਆਪਣੇ ਨੇੜੇ ਲਾ ਲਿਆ। ਕਲਗੀਧਰ ਨਹੀਂ ਸਨ ਚਾਹੁੰਦੇ ਕਿ ਮੰਜੇ ਤੇ ਅਸੀਂ ਤੜਪ ਕੇ ਆਪਣੇ ਪ੍ਰਾਣ ਤਿਆਗੀਏ। ਕਲਗੀਧਰ ਦੀ ਤੇ ਆਪਣੀ ਇਹ ਨਿੱਜੀ ਭਾਵਨਾ ਸੀ ਕਿ ਜਬ ਆਪ ਕੀ ਔਦ ਨਿਦਾਨ ਬਣੈ ਅਤ ਹੀ ਰਣ ਮੈਂ ਤਬ ਜੂਝ ਮਰੋ। ਇਹ ਮਹਾਰਾਜ ਕਲਗੀਧਰ ਦੀ ਸਵੈ ਇੱਛਾ ਸੀ ਕਿ ਅਸੀਂ ਸ਼ਸਤਰਾਂ ਦੇ ਨਾਲ ਆਪਣੇ ਸਰੀਰ ਦਾ ਤਿਆਗ ਕਰੀਏ, ਸਾਡੇ ਸਰੀਰ ਤੇ ਸ਼ਸਤਰ ਵੱਜਣ ਔਰ ਅਸੀਂ ਜੂਝਦੇ ਹੋਏ ਆਪਣੇ ਪ੍ਰਾਣ ਤਿਆਗੀਏ। ਇਹ ਇੱਛਾ ਗੁਰੂ ਕਲਗੀਧਰ ਦੇ ਹਿਰਦੇ 'ਚ ਸੀ। ਪਾਲੀਪੁਰ ਨਗਰ ਤੋਂ ਇੱਕ ਸਿੱਖ ਨੇ ਦੋ ਕਟਾਰਾਂ ਬੜੀਆਂ ਸੁੰਦਰ ਬਣੀਆਂ ਹੋਈਆਂ ਕਲਗੀਧਰ ਜੀ ਨੂੰ ਭੇਟ ਕੀਤੀਆਂ, ਬੜੀਆਂ ਸੁੰਦਰ ਬਣੀਆਂ ਹੋਈਆਂ ਕਟਾਰਾਂ ਸਨ। ਸ਼ਾਮ ਦਾ ਸਮਾਂ ਸੀ, ਆ ਜਦੋਂ ਹਨੇਰਾ ਜਿਹਾ ਪੈਣ ਲੱਗਦਾ ਨਾ, ਸੰਧਿਆ ਜੇ ਦਾ ਸਮਾਂ, ਤੇ ਸਤਿਗੁਰੂ ਜੀ ਆਪਣੇ ਤੰਬੂ 'ਚ ਇਕੱਲੇ ਬੈਠੇ ਸੀ, ਲਾਗੇ ਗੁੱਲ ਖਾਂ ਤੇ ਅਤੌਲਾ ਖਾਂ ਬੈਠੇ ਨੇ, ਬਾਕੀ ਸਿੰਘ ਬਾਹਰ ਆਪਣੇ ਆਪਣੇ ਕਾਰਾਂ ਵਿਹਾਰਾਂ 'ਚ ਲੱਗੇ ਨੇ, ਕੋਈ ਬਾਣੀ ਪੜ੍ਹ ਰਿਹਾ, ਕੋਈ ਸੋਦਰ ਦਾ ਪਾਠ ਕਰ ਰਿਹਾ। ਉਹਨਾਂ ਨੂੰ ਇਹ ਖਿਆਲ ਨਹੀਂ ਹੈ ਕਿ ਅੰਦਰ ਜਿਹੜੇ ਦੁਸ਼ਮਣ ਬੈਠੇ ਨੇ ਮੁਗਲ, ਇਹ ਸਤਿਗੁਰਾਂ ਤੇ ਕਿਤੇ ਹਮਲਾ ਨਾ ਕਰ ਦੇਣ, ਤਾਂ ਖਿਆਲ ਹੀ ਨਹੀਂ ਸੀ ਕਿਸੇ ਸਿੱਖ ਨੂੰ। ਸਤਿਗੁਰਾਂ ਦੇ ਹੱਥ ਵਿੱਚ ਕਟਾਰ ਮਿਆਨ 'ਚੋਂ ਬਾਹਰ ਕੱਢ ਕੇ ਗੁੱਲ ਖਾਂ ਨੂੰ ਫੜਾ ਦਿੱਤੇ ਤੇ ਕਹਿੰਦੇ, ਗੁੱਲ ਖਾਂ, ਏਦਾਂ ਦੀ ਕਟਾਰ ਤੇਰੇ ਹੱਥ 'ਚ ਹੋਵੇ, ਤੇਰਾ ਦੁਸ਼ਮਣ ਤੇਰੇ ਸਾਹਮਣੇ ਹੋਵੇ, ਤੇ ਦੱਸ ਜੇ ਤੂੰ ਉਹਦੇ ਤੇ ਵਾਰ ਕਰੇ ਉਹ ਬਚੇਗਾ ਕਿ ਮਰੇਗਾ।
ਗੁਲ ਖਾਂ ਕਹਿੰਦਾ ਜੇ ਕਟਾਰ ਮੇਰੇ ਹੱਥ ਵਿੱਚ ਹੋਵੇ ਮੈਂ ਇਹੋ ਜਿਹੀ ਮਾਰਾਂ ਕਿ ਆਪਣੇ ਦੁਸ਼ਮਣ ਨੂੰ ਸਾਹ ਵੀ ਨਾ ਲੈਣ ਦਿਆਂ, ਦੂਜਾ ਸਾਹ ਨਾ ਲੈਣ ਦਿਆਂ। ਮਹਾਰਾਜ ਜੀ ਨੇ ਗੁਲ ਖਾਂ ਨੂੰ ਕਟਾਰ ਫੜਾ ਦਿੱਤੀ, ਕਹਿੰਦੇ ਆ ਲੈ ਵੇਖ ਕਿੱਡੀ ਸੁੰਦਰ ਕਟਾਰ ਹੈ। ਆਪ ਕਲਗੀਧਰ ਪਾਤਸ਼ਾਹ ਨੇ ਨੇਤਰ ਮੁੰਦ ਲਏ। ਗੁਲ ਖਾਂ ਨੇ ਸੋਚਿਆ ਕਿ ਕਲਗੀਧਰ ਜੀ ਸੌ ਗਏ ਨੇ, ਇਹਨਾਂ ਦੀ ਅੱਖ ਲੱਗ ਗਈ ਹੈ। ਇਹਨੇ ਇੱਕ ਪਹਿਲਾ ਵਾਰ ਡਰਦੇ ਡਰਦੇ ਨੇ ਕੀਤਾ, ਉਹ ਸਤਿਗੁਰਾਂ ਦੇ ਸਰੀਰ ਤੇ ਨਹੀਂ ਲੱਗਾ, ਵੱਖੀ ਵਾਲੇ ਪਾਸੇ ਪਾਰ ਨਿਕਲ ਗਿਆ, ਹੱਥ ਕੰਬ ਗਿਆ। ਦੁਬਾਰਾ ਫੇਰ ਇਹਨੇ ਵਾਰ ਕੀਤਾ ਕਲਗੀਧਰ ਜੀ ਦੀ ਵੱਖੀ ਦੇ ਵਿੱਚ, ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਦੂਜੀ ਕਟਾਰ ਸੀ, ਕੱਢ ਕੇ ਉਸੇ ਵੇਲੇ ਗੁਲ ਖਾਂ ਦੇ ਪੇਟ ਚ ਘਸੋੜ ਦਿੱਤੀ, ਨਾਲ ਹੀ ਗੁਲ ਖਾਂ ਨੂੰ ਥੱਲੇ ਸੁੱਟ ਦਿੱਤਾ। ਆਵਾਜ਼ ਮਾਰੀ ਕੋਈ ਹੈ, ਇਹਨੇ ਨੂੰ ਲੱਖਾ ਸਿੰਘ ਦੌੜ ਕੇ ਅੰਦਰ ਆਇਆ, ਉਹਨੇ ਡਿੱਗੇ ਪਏ ਗੁਲ ਖਾਂ ਦਾ ਸਿਰ ਵੱਢ ਦਿੱਤਾ, ਤੇ ਜਿਹੜਾ ਦੌੜਿਆ ਜਾਂਦਾ ਸੀ ਉਹਨੂੰ ਵੀ ਝਟਕਾ ਦਿੱਤਾ ਤੌਲੇ ਖਾਂ ਨੂੰ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਉਸ ਵੇਲੇ ਤਾਂ ਜ਼ਖਮ ਪਤਾ ਨਾ ਲੱਗਾ ਕਿਉਂਕਿ ਹਨੇਰਾ ਸੀ ਤੰਬੂ ਵਿੱਚ, ਪਰ ਬਾਅਦ ਵਿੱਚ ਵੇਖਿਆ ਕਿ ਸਤਿਗੁਰਾਂ ਦਾ ਜਾਮਾ ਲਹੂ ਨਾਲ ਭਿੱਜਾ ਪਿਆ, ਬੜਾ ਡੂੰਘਾ ਜ਼ਖਮ ਹੈ, ਤੇ ਜਰਾਵਾਂ ਨੇ ਆ ਕੇ ਉਸ ਜ਼ਖਮ ਨੂੰ ਸੀਤਾ ਹੈ। ਕਟਾਰ ਦਾ ਜ਼ਖਮ ਹੁੰਦਾ ਵੀ ਡੂੰਘਾ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜ਼ਖਮ ਸੀਵ ਦਿੱਤਾ ਹੈ। ਬਹਾਦਰ ਸ਼ਾਹ ਬਾਦਸ਼ਾਹ ਨੂੰ ਪਤਾ ਲੱਗਾ, ਉਹਨੇ ਇੱਕ ਅੰਗਰੇਜ਼ ਡਾਕਟਰ ਨੂੰ ਕਲਗੀਧਰ ਦਾ ਇਲਾਜ ਕਰਨ ਵਾਸਤੇ ਭੇਜਿਆ, ਉਹਨੇ ਵੀ ਆ ਕੇ ਮਲਮ ਪੱਟੀ ਕੀਤੀ, ਟਾਂਕੇ ਲਾਏ ਤੇ ਚਲਾ ਗਿਆ। ਬਹਾਦਰ ਸ਼ਾਹ ਦੇ ਦੋ ਵਜ਼ੀਰ ਪਤਾ ਕਰਨ ਵਾਸਤੇ ਸਤਿਗੁਰਾਂ ਦਾ ਪਹੁੰਚੇ। ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਦੋ ਕਮਾਨਾਂ ਪਈਆਂ ਹੋਈਆਂ ਬੜੀਆਂ ਮਜ਼ਬੂਤ, ਵੇਖ ਕੇ ਉਹਨਾਂ ਦੇ ਮਨ 'ਚ ਸੰਸਾ ਜਾਗਿਆ, ਕਹਿੰਦੇ ਏਡੀਆਂ ਵੱਡੀਆਂ ਕਮਾਨਾਂ ਗੁਰੂ ਸਾਹਿਬ ਚੁੱਕ ਸਕਦੇ ਹੋਣਗੇ। ਦੂਜਾ ਕਹਿੰਦਾ ਨਹੀਂ, ਗੁਰੂ ਪੀਰ ਨੇ ਲੋਕਾਂ ਨੂੰ ਵਿਖਾਉਣ ਵਾਸਤੇ ਰੱਖੀਆਂ ਹੋਣੀਆਂ, ਇਹ ਤਾਂ ਦਰਸ਼ਨੀ ਕਮਾਨਾਂ ਨੇ, ਇਹ ਕਿੱਥੇ ਚਲਾ ਲੈਣਗੇ। ਕਲਗੀਧਰ ਨੇ ਸੋਚਿਆ ਵੀ ਇਹਨਾਂ ਦੇ ਮਨ 'ਚ ਸੰਸਾ ਹੈ, ਲੱਗਦਾ ਇਹ ਚਮਕੌਰ ਦੀ ਗੜੀ ਵਿੱਚ ਇਹਨਾਂ ਦਾ ਕੋਈ ਭਾਈ ਬੰਧੂ ਨਹੀਂ ਆਇਆ, ਜੇ ਆਏ ਹੁੰਦੇ ਚਮਕੌਰ ਦੀ ਗੜੀ ਦੇ ਜੰਗ ਵਿੱਚ ਤੇ ਇਹਨਾਂ ਨੂੰ ਸੰਸਾ ਨਹੀਂ ਸੀ ਹੋਣਾ ਕਿ ਕਮਾਨ 'ਚੋਂ ਤੀਰ ਕਿਵੇਂ ਚੱਲਦੇ ਨੇ। ਸਤਿਗੁਰਾਂ ਨੇ ਦੋਵੇਂ ਕਮਾਨਾਂ ਚੁੱਕੀਆਂ, ਹਾਲਾਂਕਿ ਇੱਕ ਕਮਾਨ ਚੁੱਕਣੀ ਵੀ ਬੜੀ ਔਖੀ ਸੀ, ਦੋਵੇਂ ਚੁੱਕੀਆਂ, ਦੋਵਾਂ ਤੇ ਚਿਲਾ ਚਾੜਿਆ ਤੇ ਤੰਦੀਆਂ ਦੋਵਾਂ ਦੀਆਂ ਪਕੜ ਕੇ ਕੰਨਾਂ ਤੱਕ ਖਿੱਚੀਆਂ, ਤੇ ਸਤਿਗੁਰਾਂ ਦਾ ਜ਼ਖਮ ਕੱਚਾ ਸੀ, ਦੁਬਾਰਾ ਫਿਰ ਪਾਟ ਗਿਆ, ਖੂਨ ਦੀਆਂ ਤਤੀਰੀਆਂ ਵਹਿ ਟੁਰੀਆਂ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਆਖਿਆ ਖਾਲਸਾ ਜੀ ਹੁਣ ਸਾਡੇ ਸੱਚਖੰਡ ਜਾਣ ਦਾ ਸਮਾਂ ਆ ਗਿਆ। ਆ ਜਿਹੜਾ ਦਿਨ ਕੱਲ੍ਹ ਬੀਤਿਆ ਚੌਥ ਵਾਲਾ, ਮਹਾਰਾਜ ਜੀ ਨੇ ਜਿੱਥੇ ਤਖ਼ਤ ਸਾਹਿਬ ਹੈ, ਜਿੱਥੇ ਅੱਜ ਕੱਲ੍ਹ ਸ਼ਸਤਰਾਂ ਦਾ ਪ੍ਰਕਾਸ਼ ਹੈ, ਉਸ ਜਗ੍ਹਾ ਤੇ ਅੰਗੀਠਾ ਬਣਵਾਇਆ, ਤੰਬੂ ਚਾਰੇ ਪਾਸੇ ਲਵਾ ਦਿੱਤਾ, ਚੰਦਨ ਦੀ ਚਿਖਾ ਰਚੀ ਗਈ, ਸਾਰੀ ਸੰਗਤ ਸਾਰੀ ਰਾਤ ਚਾਰੇ ਪਾਸੇ ਬਾਹਰ ਬੈਠਿਆ ਕੀਰਤਨ ਕਰਦੇ ਰਹੇ ਤੇ ਕਲਗੀਧਰ ਜੀ ਦਰਸ਼ਨ ਦਿੰਦੇ ਰਹੇ। ਅੰਮ੍ਰਿਤ ਵੇਲੇ ਦਾ ਸਮਾਂ ਪੰਚਮੀ ਦਾ ਦਿਨ ਚੜਿਆ, ਤੋ ਕਲਗੀਧਰ ਪਾਤਸ਼ਾਹ ਜੀ ਉੱਠ ਕੇ ਉਸ ਤੰਬੂ ਦੇ ਵਿੱਚ ਚਲੇ ਗਏ। ਚਿਖਾ ਦੇ ਉੱਤੇ ਬੈਠ ਕੇ ਮਹਾਰਾਜ ਜੀ ਨੇ ਯੋਗ ਅਗਨੀ ਆਪਣੇ ਅੰਦਰੋਂ ਪ੍ਰਚੰਡ ਕੀਤੀ। ਯੋਗ ਅਗਨੀ ਪ੍ਰਚੰਡ ਕਰਦਿਆਂ ਮਹਾਰਾਜ ਜੀ ਨੇ ਅੰਗੀਠਾ ਬਾਲ ਦਿੱਤਾ। ਇੰਨੇ ਨੂੰ ਤਬੇਲੇ 'ਚ ਇੱਕ ਸਿੰਘ ਆਇਆ, ਕਹਿਣ ਲੱਗਾ ਕਲਗੀਧਰ ਦਾ ਘੋੜਾ ਤਬੇਲੇ 'ਚ ਕੋਈ ਨਹੀਂ, ਜਿਹੜਾ ਸਤਿਗੁਰਾਂ ਦਾ ਬਾਗ ਸੰਭਾਲਦਾ ਸੀ, ਕਹਿੰਦਾ ਬਾਜ ਵੀ ਕੋਈ ਨਹੀਂ। ਇਹਨੇ ਨੂੰ ਜੰਗਲ 'ਚੋਂ ਇੱਕ ਸਿੱਖ ਦੌੜਿਆ ਆਇਆ, ਉਹਨੇ ਆਖਿਆ ਕਲਗੀਧਰ ਤਾਂ ਮੈਨੂੰ ਜੰਗਲ 'ਚ ਮਿਲੇ ਨੇ। ਸਾਰੇ ਸਿੰਘ ਸਮਝ ਗਏ ਕਿ ਕਲਗੀਧਰ ਕਿਤੇ ਨਹੀਂ ਗਏ, ਉਹ ਅੱਜ ਵੀ ਹਾਜ਼ਰ ਨੇ, ਆਪਣੇ ਪੰਥ ਵਿੱਚ ਤੇ ਗ੍ਰੰਥ ਵਿੱਚ ਮੌਜੂਦ ਹਨ, ਨੇਤਰਾਂ ਵਾਲਿਆਂ ਨੂੰ ਦਰਸ਼ਨ ਹੋਣਗੇ। ਹੁਣ ਉਹਨਾਂ ਦੇ ਦਰਸ਼ਨ ਨੇਤਰਾਂ ਵਾਲਿਆਂ ਨੂੰ ਹੋਣਗੇ। ਐਸੇ ਬਾਜਾਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਦਿਵਸ ਪੁਰਬ ਦਿਹਾੜਾ ਹੈ। ਮਹਾਰਾਜ ਜੀ ਦੇ ਚਰਣਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਡੇ ਤੇ ਰਹਿਮਤ ਕਰਨ, ਕਿਰਪਾ ਦ੍ਰਿਸ਼ਟੀ ਕਰਨ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜੋ ਪਾਏ ਹੋਏ ਪੂਰਨੇ ਨੇ ਉਹਨਾਂ ਤੇ ਅਸੀਂ ਚੱਲੀਏ। ਲੜੀਵਾਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ, ਵਿਚਾਰੀਏ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸ੍ਰੀ ਕੀਰਤਪੁਰ ਸਾਹਿਬ ਤੋਂ, ਪੰਜੋਖਰਾ ਸਾਹਿਬ ਤੋਂ ਹੁੰਦੇ ਹੋਇਆਂ
रस्ते दा पंध मुकाउंदिआं दिल्ली पहुंचे ने। बहुत सारियां संगतां नूं रस्ते विच दर्शन दे के निहाल करदिआं जा रहे ने, अनेकां जीवां दी कल्याण करदिआं जा रहे ने। जदों दिल्ली दे नेड़े पहुंचे तो राजा जय सिंह जिहदे सद्दे ते सतगुरु जी दिल्ली पहुंचे ने सतगुरां दा स्वागत करन वास्ते अपने किले विचों बाहर निकल के तकरीबन दिल्ली तो दो को अगे आके गुरु हरकृष्ण साहब दे दर्शन कीते, स्वागत कीता, नमस्कार कीती, बड़ी शानो शौकत दे नाल जाहो जलाल सहित सतगुरु श्री गुरु हरकृष्ण साहब जी महाराज जी नूं नाल लैके राजे जय सिंह ने दिल्ली च प्रवेश कीता। रस्ते विच संगतां ने दर्शन परसे ने, जिथे जय सिंह पुरा जिथे अजकल गुरुद्वारा श्री बंगला साहब है, इथे राजे जय सिंह का बड़ा सुंदर बाग सी, बगीचा सी, इथे इहदा बड़ा सुंदर महल बनिया होया, बंगला बनिया होया। उस बंगले विच सोहणे मंदिर दे विच जिहड़ा छे रुत्तां विच सुखदाई है, बड़ा सोहणा पलंगा डाह के चंदोआ तान के बड़ी सोहणी विछाई विछा के उहदे ते श्री गुरु हरकृष्ण साहब जी नूं बिठाया। संगत दिल्ली दी पहुंची हुई सी दर्शनां नूं, उहनां नूं हुक्म होया कि भाई अज दर्शन नहीं होने, कल नूं सतगुरां दा दरबार सजेगा ते सतगुरां दे दर्शन कर लैणे। राजे जय सिंह दे बंगले विच सतगुरु सच्चे पातशाह ने चरण पाए ने, राजे जय सिंह नाल वचन बिलास हो रहे ने। महाराज जी ने एक गल कह दित्ती है जय सिंह नूं कि जय सिंह असी मलेश नूं दर्शन नहीं देने, ना ही उहदे दर्शन करने हन, इस गल दा ख्याल जरूर रखी, सिर्फ तेरी भावना पूरी करन वास्ते असी इत्थे पहुंचे। आओ इत्थों इतिहास की लड़ी अगे टोरीए। श्री गुरु हरकृष्ण साहब बाला प्रीतम सतगुरां दे पवित्र चरण कमलां दा ध्यान अपने हिरदिआं च धारण करदे होइआं समूह माई भाई आखो जी सतनाम श्री वाहेगुरु साहिब जीओ, सतनाम श्री वाहेगुरु साहिब जीओ। दोएरा इस प्रकार श्री सतगुरु पुरी प्रवेश जाए, इस प्रकार नाल सतगुरु श्री गुरु हरकृष्ण साहब जी महाराज दिल्ली नगर दे विच आके प्रवेश कीता है। सर्व पांत की सेव कर अरखियो जय सिंह राए। सतगुरु जी और सतगुरु जी दे नाल आई हुई जिन्नी संगत है सारयां दी सर्व प्रकार दी सेवा करके राजा जय सिंह बड़ा खुश होया। इन्हें अपने आप नूं धनता दा पात्र जाणिया है कि मैनू सतगुरु गुरु हरकृष्ण साहब जी की सेवा करन दा सुभाग प्राप्त होया है। जो पई खान पान कर विविध प्रकारे, शाम दा समा सी, सतगुरु सच्चे पातशाह जी महाराज जी ने विविध प्रकार दे खान पान जो राजे जय सिंह ने अपने महलां च तैयार करवाए सन, अनेक प्रकार दे खान पान भोजन व्यंजनाद महाराज सच्चे पातशाह जी ने कीते हन। करी जामनी सैन सुखारी, रात पै गई तो रात सतगुरु सच्चे पातशाह जी ने बड़े सुख दे नाल जय सिंह दे मंदरां विच ही रात बतीत कीती है। उठत पए पुन बड़ी सुखारी, अमृत वेले सतगुरां दा नितनेम है गुरु हरकृष्ण साहब जी महाराज जी दा, सारे सतगुरां दा यह नेम रहा है। वड्डे पैर यानी कि अमृत वेले पैर रात रहिंदिआं सतगुरु गुरु हरकृष्ण साहब जी महाराज जी जागे हन। सकल सोच जत मज्जत बारे, शरीर दी सोच करके सोच किरिया करन तों बाद इशनान पाणी कीता है। जयपुर नाथ कोशिश पाए, सतगुरु जी अपने ध्यान च मगन बैठे ने, दिन चढ़दिआं तक ध्यान च मगन ने। इन्ने नूं इधर राजा जय सिंह भी तैयार बर तैयार हो के सोहनी पोशाक अपने शरीर ते धारण करके जैत शादिक खबर बताई। जय सिंह बादशाह औरंगजेब नूं दसना चाहुंदा कि गुरु हरकृष्ण साहब दिल्ली आ गए ने, क्योंकि औरंगजेब ने ड्यूटी लाई सी जय सिंह राजे दी कि तू सतगुरां नूं दिल्ली बुलाउणा है। तो राजे जय सिंह दे हुण मन च फुरना होया है कि मैं जाके बादशाह औरंगजेब नूं इस गल दी खबर दे देवां। प्रथम आए श्री गुरु समीप, राजे जय सिंह ने विचार कीती है
بادشاہ اورنگزیب کول جان تو پہلا راجا جے سنگھ ستگرو جی دے کول آیا ہے. پہلا ستگرو گرو ہر کرشن صاحب دے چرنوں میں حاضر ہویا ہے. پد پر بندن کین مہیپ مہاراج جی دے پوتر چرنا کملوں تے جے سنگھ نے متھا ٹیکیا نمسکار کیتی ہے. شانکت میں چات جائیو نمو ہیت راور کے آئیو. جے سنگھ نے بینتی کیتی ستگرو جی میں بادشاہ اورنگزیب کول چلیا سا پر بادشاہ کول جان تو پہلا تواڈے چرنا چایا آپ جی دے چرنوں وچ نمسکار کرن واسطے حاضر ہویا ہاں. سہت پرسنسا سدھ کر دیو مہاراج جی میں بادشاہ کول چلیا تے بادشاہ کول تواڈے آن دی خبر کرن واسطے چلیا. پرسنسا سہت تواڈی اپما کر کے بادشاہ اورنگزیب نو تواڈے دلی آن بارے دساگا. نمری بھوت پلے تس کہو ایہو جی اپما آپ جی دی کراگا کہ بادشاہ اورنگزیب تواڈے اگے چک جائے تواڈے اگے نمری بھوت ہو کے تواڈے چرنوں وچ نمسکار کرے. سن ست گر تس کہو بجھائے امرو میل نہ بن کدائے. ستگرو سچی پاتشاہ جی اگوں بولے کہن لگے راجا جے سنگھ ایک گل اسی تیرے وزیر نو بھی کہہ دیتی سی تینوں بھی کہہ دنے آ کہ ساڈا بادشاہ اورنگزیب نال میل نہیں ہو سکدا اسی اورنگزیب بادشاہ دے نال ملاقات نہیں کر سکتے. سنبو تم کرنا اس ڈنگ نال تو بادشاہ نال جا کے گل کری ایداں اودے نال گل کئی سنی درکیشر سنگ بنے نہ ارنا بادشاہ دے نال ساڈا واہ نہ پوے بادشاہ دے نال ساڈا میل ملاپ نہ ہووے. تور پریت کر ہم چل آئے اے جے سنگھ تیری پریت کر کے تیری بھاونا کر کے اسی دلی چل کے آئے ہاں. کرنو پرن تو دوت سنائے جڑا اسی پرن کیتا ہویا ہے وہ اسی تیرے دوت نو دسیا ہی ہے. ساڈا پرن ہے کہ ملیش دے درشن نہیں کرنے نہ ہی انہوں درشن دینے ہاں. شاس میت راکھیو پت کو چل ایک بار دیجئے ہت کو تیرے دوت نے سانو بینتی کیتی سی کہ ستگرو جی تسی بادشاہ نو نہ ملیو بس ایک باری دلی چل کے راجے جے سنگھ دی پت رکھ لو اس کر کے جے سنگھ تیری عزت رکھن واسطے تیری پت رکھن واسطے اسی دلی چل کے آئے ہاں اور ساڈا ایتھے آن دا کوئی پریوجن نہیں. اتیاد کو سن کے تب آشا ملے آئے ایک پریم پریاس تیرا آشا جان کے تیرے من دا منورت جان کے صرف تیرے ہت کر کے تیرے پریم دے بجے ہوئے تیرے پیار دے رنگ وچ رنگے ہوئے راجا جے سنگھ اسی دلی چل کے آئے ہاں. نہیں تک منہ نہ آون ہوئے جے تیرا پیار نہ ہوندا تیری پریت نہ ہوندی تے اسی کسے بھی طریقے دلی نہیں سی آنا بادشاہ دے سدے تے اسی کدے دلی نہیں سی آنا. کریو پرنام پورے سوئے اور تیرا جڑا بھاونا سی وہ تو اسی پوری کر دتی ہے پر جڑا پرن اسی کیتا ہویا ہے بادشاہ نو نہ ملن دا وہ پرن بھی اسی ضرور پورا کرانگے. ترک درس لینو نے دینا نہ درشن کرنا تے نہ ہی ترک دے درشن دے انہوں دینے ہاں. اے درڑ جانو کبو چلینا اے جڑی ساڈی بھاونا درڑ ہے پکی ہے اے کدے چلائے مان نہیں ہو سکدی. نج نشچے ہم نے کہہ دینت راجا جے سنگھ اسی اپنے من دا نشچا تینوں دس دتا ہے ساڈے من دی جو اچھا ہے وہ اسی تیرے اگے پرگٹ کر دتی ہے. تو بدھیمان لو من چینت اگو راجا جے سنگھ تو بدھیمان ہے سیانا ہے اگو تو اپنے من چ جویں جاننا چاہنا جان لے اسی اپنے من دی بھاونا تیرے اگے پرگٹ کر دتی ہے کہ اسی بادشاہ نو نہیں ملنا. اے دل مت سن کے گر کیرا آج جے سنگھ نے ستگراں دا اے دڑ متا سنیا کہ گرو ہر کرشن صاحب جی اپنے اس متے دے دڑ نے پکے نے کہ انہاں نے بادشاہ نو نہیں ملنا
ਇਹ ਮਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵੇਖਿਆ ਜੈ ਸਿੰਘ ਨੇ। ਸੋਚਿਤ ਜੈ ਸਿੰਘ ਰਾਵ ਕਨੇਰਾ। ਰਾਜਾ ਜੈ ਸਿੰਘ ਹੁਣ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ, ਕਈ ਪ੍ਰਕਾਰ ਦੇ ਖਿਆਲ ਜੈ ਸਿੰਘ ਦੇ ਮਨ ਵਿੱਚ ਆਉਂਦੇ ਨੇ। ਮਸਤਕ ਟੇਕ ਸ਼ਾਹ ਡਿੱਗ ਗਏ। ਸਤਿਗੁਰਾਂ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਰਾਜਾ ਜੈ ਸਿੰਘ ਬਾਦਸ਼ਾਹ ਔਰੰਗਜ਼ੇਬ ਨੂੰ ਖਬਰ ਦੇਣ ਵਾਸਤੇ ਚੱਲ ਪਿਆ। ਸਭਾ ਮਝਾਰ ਪ੍ਰਵੇਸ਼ਿਤ ਭਇਓ। ਜਾ ਕੇ ਨੁਰੰਗੇ ਦੀ ਸਭਾ ਵਿੱਚ ਪ੍ਰਵੇਸ਼ ਹੋਇਆ। ਜੈ ਸਿੰਘ ਨੇ ਨੁਰੰਗੇ ਦੀ ਸਭਾ ਵਿੱਚ ਆ ਕੇ ਹਾਜ਼ਰੀ ਭਰੀ ਹੈ। ਕਰ ਜੋਰਤ ਕੈ ਬਾਤ ਸੁਣਾਇਓ। ਹੱਥ ਜੋੜ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਕਹਿਣ ਲੱਗਾ ਰਾਜਾ ਜੈ ਸਿੰਘ, ਬੇਨਤੀ ਕਰਨ ਲੱਗਾ। ਮੋਹ ਸੰਗ ਰਾਲਰ ਨੇ ਫੁਰਮਾਇਓ, ਯਾਰ ਕ੍ਰਿਸ਼ਨਪੁਰੀ ਮੈਂ ਲਿਆਵੋ। ਹੇ ਬਾਦਸ਼ਾਹ, ਤੂੰ ਮੇਰੀ ਡਿਊਟੀ ਲਾਈ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਲੈ ਕੇ ਆਉਣਾ, ਇਹ ਮੇਰਾ ਤੂੰ ਮੇਰੀ ਸੇਵਾ ਲਾਈ ਸੀ, ਮੇਰੀ ਜ਼ਿੰਮੇਵਾਰੀ ਲਾਈ ਹੋਈ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਲੈ ਕੇ ਆਉਣਾ ਹੈ। ਸ੍ਰੀ ਹਰਿਕ੍ਰਿਸ਼ਨਪੁਰੀ ਮੈਂ ਲਿਆਵੋ। ਮੈਂ ਉਹ ਕੰਮ ਪੂਰਾ ਕੀਤਾ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਲਿਆਇਆ, ਤੂੰ ਜਿਹੜਾ ਹੁਕਮ ਲਾਇਆ ਸੀ। ਸਭ ਸੰਗਤ ਕੋ ਦਰਸ ਕਰਾਓ। ਤੂੰ ਇਹ ਹੁਕਮ ਲਾਇਆ ਸੀ ਕਿ ਸਾਰੀ ਸੰਗਤ ਨੂੰ ਸਤਿਗੁਰਾਂ ਦੇ ਦਰਸ਼ਨ ਕਰਾਓ, ਉਹਨਾਂ ਨੂੰ ਇੱਥੇ ਦਿੱਲੀ ਲੈ ਕੇ ਆਵੋ। ਕਰਾਮਾਤ ਕੇ ਧਨੀ ਵਡੇਰੇ। ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਪਹੁੰਚ ਗਏ ਨੇ, ਐਸੇ ਸਤਿਗੁਰੂ ਜੀ ਜਿਹੜੇ ਕਰਾਮਾਤਾਂ ਦੇ, ਬਹੁਤ ਸਾਰੀਆਂ ਕਰਾਮਾਤਾਂ ਦੇ ਮਾਲਕ ਹਨ। ਉਤਰੇ ਆਏ ਸਦਨ ਮੈਂ ਮੇਰੇ। ਮੇਰੇ ਘਰ ਵਿੱਚ ਸਤਿਗੁਰੂ ਜੀ ਉਤਰੇ ਹੋਏ ਨੇ, ਇਸ ਵੇਲੇ ਉਹਨਾਂ ਨੇ ਮੇਰੇ ਘਰ ਵਿੱਚ ਉਤਾਰਾ ਕੀਤਾ ਹੋਇਆ। ਆਗੇ ਮਰਜ਼ੀ ਦੋਏ ਦਿਸ਼ ਜੈਸੇ। ਅੱਗੇ ਹੁਣ ਜਿਵੇਂ ਦੋਹਾਂ ਪਾਸਿਆਂ ਦੀ ਮਰਜ਼ੀ ਹੋਵੇਗੀ, ਜੋ ਤੇਰੀ ਮਰਜ਼ੀ ਆ ਉਹ ਤੂੰ ਕਰਨਾ, ਜੋ ਸਤਿਗੁਰਾਂ ਦੀ ਮਰਜ਼ੀ ਆ ਉਹ ਉਹਨਾਂ ਨੇ ਕਰਨਾ। ਇਸ ਕਰਕੇ ਅੱਗੇ ਤਾਂ ਹੁਣ ਉਹ ਹੋਣਾ ਜੋ ਤੁਹਾਡੇ ਦੋਹਾਂ ਪਾਸਿਆਂ ਦੀ ਮਰਜ਼ੀ ਹੋਵੇਗੀ। ਕਰਬੇ ਵਿਖੇ ਆਏ ਹੈ ਤੈਸੀ, ਉਹੀ ਸਾਡੇ ਕਰਨ ਵਿੱਚ ਆਉਣੀ ਆ ਜੋ ਤੁਹਾਡੀ ਮਰਜ਼ੀ ਹੋਵੇਗੀ। ਸਭਾ ਵਿਖੇ ਮੈਂ ਜਿਸ ਬਿਦ ਕਹਿਓ, ਤਿਮ ਪੂਰਨ ਪਾ ਆਨੰਦ ਲਇਓ। ਬਾਦਸ਼ਾਹ, ਜਿਵੇਂ ਮੈਂ ਤੇਰੀ ਸਭਾ ਵਿੱਚ ਇਹ ਗੱਲ ਕਹੀ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਮੈਂ ਦਿੱਲੀ ਲਿਆਵਾਂਗਾ, ਮੈਂ ਆਪਣਾ ਉਹ ਕਿਹਾ ਹੋਇਆ ਬਚਨ ਪੂਰਾ ਕਰ ਦਿੱਤਾ। ਜਿਵੇਂ ਮੈਂ ਤੇਰੀ ਸਭਾ ਵਿੱਚ ਪ੍ਰਣ ਕੀਤਾ ਸੀ, ਮੈਂ ਆਪਣਾ ਉਹ ਪ੍ਰਣ ਪੂਰਾ ਕੀਤਾ, ਆਪਣਾ ਕੀਤਾ ਬਚਨ ਪੂਰਾ ਕੀਤਾ ਹੈ। ਸੁਣਤ ਸ਼ਾਨੀ ਕਮਰਾਵ। ਜਦੋਂ ਨੁਰੰਗੇ ਨੇ ਰਾਜੇ ਜੈ ਸਿੰਘ ਕੋਲੋਂ ਸੁਣਿਆ ਕਿ ਸਤਿਗੁਰੂ ਜੀ ਆ ਗਏ ਨੇ ਦਿੱਲੀ, ਉਸੇ ਵਕਤ ਔਰੰਗਜ਼ੇਬ ਨੇ ਆਪਣੇ ਕੁਮਰਾਵ ਨੂੰ ਤਿਆਰ ਕੀਤਾ, ਆਪਣੇ ਇੱਕ ਅਹਿਲਕਾਰ ਨੂੰ, ਜਿਹੜਾ ਖਾਸ ਅਹਿਲਕਾਰ ਵਜ਼ੀਰ ਸੀ ਉਹਨੂੰ ਔਰੰਗਜ਼ੇਬ ਨੇ ਤਿਆਰ ਕੀਤਾ। ਦੇ ਕੁਛ ਦਰ ਪਟਿਓ ਤਿਸ ਥਾਵ। ਕੁਝ ਮਾਇਆ ਦੇ ਕੇ ਆਖਿਆ ਵੀ ਮਾਇਆ ਲੈ ਜਾ ਖਜ਼ਾਨੇ ਵਿੱਚੋਂ, ਕਿਉਂਕਿ ਗੁਰੂ ਪੀਰਾਂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਕੋਈ ਨਾ ਕੋਈ ਭੇਟਾ ਲੈ ਕੇ ਜਾਣੀ ਚਾਹੀਦੀ ਹੈ, ਆ ਮਾਇਆ ਖਜ਼ਾਨੇ ਵਿੱਚੋਂ ਲੈ ਜਾ ਔਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਹਾਜ਼ਰ ਹੋਣਾ ਕਰ। ਜ਼ਿਆਫਤ ਦਿਓ ਬੰਦਗੀ ਕਰਕੇ। ਜਾ ਕੇ ਜ਼ਿਆਫਤ ਦਿਓ, ਉਹਨਾਂ ਦੀ ਪ੍ਰਾਹੁਣਾਚਾਰੀ ਕਰੋ, ਨਾਲੇ ਉਹਨਾਂ ਦੇ ਚਰਨਾਂ ਵਿੱਚ ਮੇਰੇ ਵੱਲੋਂ ਬੰਦਗੀ ਕਰੋ, ਨਮਸਕਾਰ ਕਰੋ। ਹੋਰੋ ਦੂਜਿਓ ਬਿਨੈ ਉਚਰਕੇ। ਮੇਰੇ ਵੱਲੋਂ ਉਹਨਾਂ ਦੇ ਚਰਨਾਂ 'ਚ ਬੇਨਤੀ ਵੀ ਕਰਨਾ, ਪਹਿਲਾਂ ਤਾਂ ਜਾ ਕੇ ਉਹਨਾਂ ਦੀ ਪ੍ਰਾਹੁਣਾਚਾਰੀ ਕਰੋ, ਸਾਡੇ ਪ੍ਰਾਹੁਣੇ ਨੇ ਸਾਡੇ ਸ਼ਹਿਰ ਵਿੱਚ ਆਏ ਨੇ, ਇਸ ਕਰਕੇ ਪਹਿਲਾਂ ਪ੍ਰਾਹੁਣਾਚਾਰੀ ਕਰੋ ਤੇ ਫਿਰ ਮੇਰੇ ਵੱਲੋਂ ਉਹਨਾਂ ਦੇ ਚਰਨਾਂ 'ਚ ਬੰਦਗੀ ਨਾਮਾ ਭੇਟ ਕਰਨਾ, ਬੰਦਗੀ ਕਰਨਾ ਯਾਨੀ ਕਿ ਨਮਸਕਾਰ ਕਰਨੀ ਔਰ ਬੇਨਤੀ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਹਿਣਾ, ਦਰਸ਼ਨ ਪਰਸਨ ਕਰਬੈ ਕਬੈ। ਪੁੱਛਣਾ ਉਹਨਾਂ ਨੂੰ ਕਿ ਸਤਿਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਤੁਹਾਡੇ ਦਰਸ਼ਨ ਕਦੋਂ ਕਰੇ, ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਦਰਸ਼ਨ ਕਦੋਂ ਦਿਓਗੇ, ਮੇਰੇ ਵੱਲੋਂ ਚੱਲ ਕੇ ਉਹਨਾਂ ਨੂੰ ਬੇਨਤੀ ਕਰਨੀ। ਮਿਲਨ ਹੋਏ ਤੁਮ ਪਾਖੋ ਜਮੈ। ਸਤਿਗੁਰੂ ਜੀ ਜਦੋਂ ਤੁਸੀਂ ਆਗਿਆ ਦਿਓਗੇ, ਬਾਦਸ਼ਾਹ ਆ ਕੇ ਤੁਹਾਨੂੰ ਮਿਲ ਲਏਗਾ, ਤੁਹਾਡੇ ਦਰਸ਼ਨ ਕਰ ਲਏਗਾ। ਇਹ ਸੁਣ ਸਤਿਗੁਰ ਕੇ ਡਿੱਗ ਗਏ। ਔਰੰਗਜ਼ੇਬ ਦਾ ਇਹ ਬੋਲ ਸੁਣ ਕੇ ਇਹਦਾ ਜਿਹੜਾ ਅਹਿਲਕਾਰ ਅਫਸਰ ਸੀ ਉਹ ਚੱਲ ਕੇ ਨੁਰੰਗੇ ਕੋਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕੋਲ ਆਇਆ, ਜਿੱਥੇ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਦਾ ਡੇਰਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਚੱਲ ਕੇ ਅਹਿਲਕਾਰ ਪਹੁੰਚਿਆ। ਅੰਤਰ ਸੁਧ ਪਹੁੰਚਾਵਤ ਭਇਓ। ਪਹਿਲਾਂ ਇਹਨੇ ਆਪਣੇ ਆਉਣ ਦੀ ਖਬਰ ਭੇਜੀ ਸਤਿਗੁਰਾਂ ਨੂੰ ਕਿ ਬਾਦਸ਼ਾਹ ਦਾ ਅਹਿਲਕਾਰ
بادشاہ دا وڈا امراو آپ جی نو ملن واسطے آ رہا ہے پتھیو شاہ نے اپنا مصاحب اورنگزیب بادشاہ نے اپنا مصاحب بھیجیا تہانوں ملن واسطے تہاڈے چرنا چ بینتی کر کے مصاحب نو بھیجیا ہے آئیو چہت نکت گر صاحب مہاراج جی تہاڈے کول آنا چاہندا او مصاحب جیڑا اورنگزیب دا بھیجیا ہے لکار ہے وہ تہاڈے کول آنا چاہندا تہانوں اندر آ کے ملنا چاہندا ہے شری ہر کرشن سنیو جب آوا آگے اپن کنات تناوا گرو ہر کرشن صاحب نے پرن کیتا سی بھی ترک نو نہ درشن دینے نے نہ لینے نے جڑا ترک اورنگزیب دا مصاحب بھیجیا سی او دے بھی درشن نہیں سی کرنے ستگرہ نے حکم کیتا بھی ساڈے اگے کنات تان دیو ستگرو گرو ہر کرشن صاحب دی اپنی لیلا ہے کہ اس پاپی نو درشن نہیں دینے درشن کر کے جائے گا اگے اورنگزیب نو درشن ہون گے ساڈے درشنوں دا پرتاپ اودے تک نہ پہنچے اس کر کے ستگرو گرو ہر کرشن صاحب نے آکھیا بھی جڑا مصاحب بھی آیا نا اورنگزیب دا بھیجیا اہلکار انہوں بھی درشن نہیں دینے اسی ادھا کرو بھی ساڈے اگے کنات تان دیو ساڈے اگے کنات لا دیو سپتن گن دیوان لگایو ستگرہ دا حکم سندیا اسی ویلے ستگرہ اگے کنات تان دیتی جڑے مہاراج جی دے سپٹ سورمے سن وہ سارے ستگرہ دے دیوان وچ ستگرہ دی سبھا وچ تیار بر تیار ہو کے بیٹھے ہن مہر کنات تو دیو بٹھایو کنات ستگرہ دے اگے لا دتی کنات دے باہرلے پاسے اونوں امراو نوں بٹھایا مہاراج جی نے درشن نہیں دتے اونوں بھی جڑا اورنگزیب دا اہلکار آیا اونوں کنات دے باہرلے پاسے ستگرہ نے بٹھایا آپ کنات دے اندرلے پاسے ستگرو جی بیٹھے نے مہا مسند میو کھرے سنگت کی ارداسن کرے مسند کھڑے نے ستگرہ دے سامنے میوڑے کھڑے نے جڑیاں سنگتاں آ رہی نے درشن کرن واسطے انہاں ساریاں سنگتاں دیاں ارداساں بینتیاں وہ میوڑے ارداسیے گرو صاحب دے چرنا چ کر رہے ہن دلی پور کے سکھ سب آویں نگر دیاں بہت ساریاں سنگتاں چل کے آ رہی نے بانت بانت پیٹن ہر پاویں بانت بانت دیاں پٹاواں ستگراں دے چرنا چ سنگت بھیٹ کر رہی ہے پدے ربابی شبد سراغ ستگراں دے ایک پاسے ربابی بیٹھے نے اور ربابی بڑے سونے راگاں دے وچ تنداں چھیڑ کے راگاں وچ گربانی دا کیرتن کر رہے ہن میں پریم تے جن بد بھاگ انہاں دے بڑے بھاگ نے او پیار نال بیٹھے کیرتن سن رہے نے انہاں اندر کیرتن نال راگ نال راگ پیدا ہو رہا ہے راگ نال پریم پیدا ہو رہا ہے چوردار لے چل چور ٹراوت چور بردار ستگرہ دے سیس تے چور چلا رہے ہیں گرو ہر کرشن صاحب دے سیس تے چور بردار چور چلا رہے ہیں سکھ درسے من مودی اپاوت سکھ درشن کر رہے نے جنہ دے من چ بڑی خوشی ہے شری گرو ہر کرشن صاحب دے درشن کر کے وگاس ہے تیچن انتریان پرویشان مہاراج جی دا دربار لگا ہویا سی اینے نو اورنگزیب دا بھیجا ہویا جڑا او افسر سی امراو او دربار دے وچ آیا ستگرہ اگے کنات تان دتی گئی سی تاں جو ستگرہ دے درشن نہ کر سکے نہ ہی مہاراج جی نو ویکھنا چاہندے سی ستگرہ دے اگے کنات کیتی ہوئی ہے کنات دے اورلے پاسے امراو آ پہنچیا ہے پٹھیو مصاحب جو ترکے چا اورنگزیب نے اپنا جڑا مصاحب بھیجیا او ستگرہ دے دربار وچ آیا ہے شبد سبا میں کہ بیٹھارا ستگرو جی نے اشارہ کیتا بھی انہوں بٹھا دیو سبا دے وچ ستگرو سچی پاتشاہ مہاراج جی دے نیڑے کنات دے پرلے پاسے بیٹھ گیا ہے مستک ٹیکن مکھوں اچارا انہیں اپنے مکھوں کیا مہاراج متھا ٹیک دا نمسکار کردا ہاں ادا منہ ہی ستگرو جی نمسکار کرن واسطے کہا اپنی چھاتی عرض گزارے نے اورنگزیب دی بینتی کیتی ستگرو نوں مہاراج جی دے درشن نہیں کر سکیا کنات اگے تانی ہوئی ہے پرلے پاسے بیٹھا سی کنات دے بادشاہ اورنگزیب دی بینتی جو لے کے آیا سی او بینتی ستگرو نوں کردیا بولیا دلب پچایو دریو اگاڑے یہ مایا بھیجی ہے بادشاہ نے آپ جی دے چرنا وچ پروان کرنی اے ذات تی تو سم کو دینا
ਅਰ ਚਾਹਤ ਹੈ ਦਰਸ਼ਨ ਲੀਨਾ। ਮਹਾਰਾਜ ਮਾਇਆ ਬਾਦਸ਼ਾਹ ਨੇ ਆਪ ਜੀ ਦੀ ਪ੍ਰਾਹੁਣਾਚਾਰੀ ਲਈ ਭੇਜੀ ਹੈ ਖਰਚੇ ਪਰਚੇ ਵਾਸਤੇ, ਤੇ ਸਤਿਗੁਰੂ ਜੀ ਨਾਲੇ ਬਾਦਸ਼ਾਹ ਔਰੰਗਜ਼ੇਬ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਉਹਦੇ ਮਨ ਚ ਤੁਹਾਡੇ ਦਰਸ਼ਨਾਂ ਦੀ ਇੱਛਾ ਹੈ। ਜਿਮਰਾਵਰ ਕੀ ਹੋਏ ਰਜ਼ਾਏ, ਤੁਸੀਂ ਕਿਰਪਾ ਕਰਕੇ ਆਗਿਆ ਦਿਓ ਕਿ ਤੁਹਾਡੀ ਕੀ ਰਜ਼ਾ ਹੈ, ਤੁਹਾਡਾ ਕੀ ਹੁਕਮ ਹੈ। ਤਿਉਂ ਮੈਂ ਕਹੂੰ ਸ਼ਾਹ ਕੋ ਜਾਏ, ਤੁਹਾਡੀ ਆਗਿਆ ਹੋਵੇਗੀ ਮੈਂ ਬਾਦਸ਼ਾਹ ਔਰੰਗਜ਼ੇਬ ਨੂੰ ਦੱਸ ਦਿਆਂਗਾ, ਆਪ ਜੀ ਦਾ ਸੁਨੇਹਾ ਜਾ ਕੇ ਬਾਦਸ਼ਾਹ ਨੂੰ ਦੇ ਦਿਆਂਗਾ। ਥਿਤਕ ਨਾਥ ਕੇ ਅੰਤਰ ਅਹੇ, ਸ਼੍ਰੀ ਹਰਿ ਕ੍ਰਿਸ਼ਨ ਬਾਤ ਸੁਣ ਕਹੇ। ਗੁਰੂ ਜੀ ਕਨਾਤ ਦੇ ਅੰਦਰ ਬੈਠੇ ਸਨ, ਇਹਦੀ ਬੇਨਤੀ ਸੁਣ ਕੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਬੋਲੇ ਕਹਿਣ ਲੱਗੇ, ਬਦੋ ਪ੍ਰਾਤੀ ਅਮਰੋ ਸਭ ਲਾਇਕ। ਮਹਾਰਾਜ ਜੀ ਕਹਿੰਦੇ ਉਮਰਾਵ ਜੀ, ਸਾਡਾ ਵੱਡਾ ਭਰਾ ਇੱਥੇ ਪਹਿਲਾਂ ਹੀ ਆਇਆ ਹੋਇਆ ਬਾਬਾ ਰਾਮ ਰਾਏ, ਉਹ ਹਰ ਪੱਖ ਤੋਂ ਲਾਇਕ ਹੈ। ਜਿਮ ਚਾਹਤ ਤਿਮ ਅਜ਼ਮਤ ਦਾਇਕ, ਜਿਵੇਂ ਬਾਦਸ਼ਾਹ ਚਾਹੁੰਦਾ ਸੀ ਉਸੇ ਤਰ੍ਹਾਂ ਉਹਨੇ ਕਰਾਮਾਤਾਂ ਵਿਖਾਈਆਂ ਨੇ, ਆਪਣੀਆਂ ਅਜ਼ਮਤਾਂ ਵਿਖਾਈਆਂ ਹਨ। ਉਹ ਨਿਤ ਪਹੁੰਚਤ ਹੈ ਤਿਗ ਛਾਓ। ਬਾਬਾ ਰਾਮ ਰਾਏ ਜੀ ਰੋਜ਼ ਬਾਦਸ਼ਾਹ ਕੋਲ ਜਾਂਦੇ ਨੇ, ਉਹ ਰੋਜ਼ ਔਰੰਗਜ਼ੇਬ ਦੀ ਕਚਹਿਰੀ ਵਿੱਚ ਜਦੋਂ ਉਹਦਾ ਦੀਵਾਨ ਲੱਗਦਾ ਰੋਜ਼ ਜਾਂਦੇ ਆਉਂਦੇ ਨੇ। ਜਿਮ ਬੂਝਤ ਹੈ ਤਿਮ ਅਜ਼ਮਤ ਦਾਇਕ, ਜਿਮ ਬੂਝਤ ਉੱਤਰ ਦੇ ਪਾਓ। ਜਿਵੇਂ ਜਿਵੇਂ ਬਾਦਸ਼ਾਹ ਉਹਨਾਂ ਨੂੰ ਸਵਾਲ ਕਰਦਾ ਹੈ, ਬਾਬਾ ਰਾਮ ਰਾਏ ਜੀ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਨੇ, ਜੋ ਜੋ ਪੁੱਛਦਾ ਔਰੰਗਜ਼ੇਬ ਉਹਦੀ ਹਰ ਇੱਕ ਗੱਲ ਦਾ ਜਵਾਬ ਦਿੰਦੇ ਹਨ। ਸਤਿਗੁਰ ਪੂਰਨ ਪਿਤਾ ਹਮਾਰੇ, ਤਿੰਨ ਕੋ ਵਰਤੈ ਹੁਕਮ ਵਿਚਾਰੇ। ਸਾਡੇ ਸਤਿਗੁਰੂ ਜੀ ਪੂਰਨ ਸਤਿਗੁਰੂ ਨੇ, ਸਾਡੇ ਪਿਤਾ ਪੂਰਨ ਸਤਿਗੁਰੂ ਨੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ, ਉਹਨਾਂ ਦੇ ਹੁਕਮ ਨਾਲ ਬਾਬਾ ਰਾਮ ਰਾਏ ਜੀ ਇੱਥੇ ਵਰਤ ਰਹੇ, ਉਹਨਾਂ ਨੇ ਹੁਕਮ ਕਰਕੇ ਬਾਬਾ ਰਾਮ ਰਾਏ ਜੀ ਨੂੰ ਇੱਥੇ ਦਿੱਲੀ ਭੇਜਿਆ ਸੀ, ਔਰ ਉਹਨਾਂ ਦੇ ਹੁਕਮ ਦੇ ਵਿੱਚ ਬਾਬਾ ਰਾਮ ਰਾਏ ਜੀ ਇੱਥੇ ਵਰਤ ਰਹੇ ਨੇ। ਸ਼੍ਰੀ ਮੁਖ ਤੇ ਇਮਕੀ ਨੇ ਉਚਾਰਨ, ਉਹਨਾਂ ਨੇ ਆਪਣੇ ਮੁਖਾਰ ਬਿੰਦ ਵਿੱਚੋਂ ਬਾਬੇ ਰਾਮ ਰਾਏ ਨੂੰ ਉਚਾਰ ਕੇ ਭੇਜਿਆ ਹੈ। ਭਲੋ ਭਲੇ ਜੋਨ ਹਿਤ ਸਿੱਖ ਸਿਖਾਰਨ, ਤੇ ਸਾਡੇ ਪਿਤਾ ਜੀ ਨੇ ਸਾਨੂੰ ਇਹ ਸਿੱਖਿਆ ਸਿਖਾਈ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਜਦੋਂ ਬਾਬਾ ਰਾਮ ਰਾਏ ਜੀ ਨੂੰ ਸਾਡੇ ਪਿਤਾ ਨੇ ਦਿੱਲੀ ਭੇਜਿਆ ਨਾ, ਉਦੋਂ ਸਾਡੇ ਪਿਤਾ ਜੀ ਨੇ ਸਾਨੂੰ ਇਹ ਸਿੱਖਿਆ ਸਿਖਾਈ ਸੀ, ਜਿਹਦੇ ਵਿੱਚ ਸਾਡਾ ਭਲਾ ਹੈ, ਅਸੀਂ ਆਪਣੇ ਪਿਤਾ ਦੀ ਆਗਿਆ ਵਿੱਚ, ਗੁਰੂ ਦੀ ਆਗਿਆ ਵਿੱਚ ਚੱਲਦੇ ਹਾਂ। ਬਡੋ ਪ੍ਰਾਤ ਮਤਵੰਤ ਤੁਮਾਰਾ, ਸਾਡੇ ਪਿਤਾ ਜੀ ਨੇ ਸਾਨੂੰ ਇਹ ਆਗਿਆ ਕੀਤੀ ਸੀ ਕਿ ਸਾਡਾ ਵੱਡਾ ਭਰਾ ਰਾਮ ਰਾਏ ਬੜਾ ਸਿਆਣਾ, ਉਹ ਬੜਾ ਸੂਝਵਾਨ ਬੁੱਧੀਮਾਨ ਹੈ। ਗਯੋ ਪੁਰੀ ਮੈਂ ਸ਼ਾਹਕਾਰਾ, ਉਹਨੂੰ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਬੁਲਾਇਆ ਸੀ, ਤੇ ਉਹ ਇਸ ਵੇਲੇ ਬਾਦਸ਼ਾਹ ਔਰੰਗਜ਼ੇਬ ਦੇ ਸੱਦੇ ਤੇ ਦਿੱਲੀ ਪਹੁੰਚਿਆ ਹੋਇਆ। ਲਾਇਕ ਕੋ ਲਗਤ ਸੈ ਪਠਾਇਓ, ਕਰਾਮਾਤ ਮੈਂ ਅਧਿਕ ਬਨਾਇਓ। ਬਾਬਾ ਰਾਮ ਰਾਏ ਜੀ ਨੂੰ ਹਰ ਪੱਖ ਤੋਂ ਲਾਇਕ ਜਾਣ ਕੇ ਸਾਡੇ ਪਿਤਾ ਜੀ ਨੇ ਉਹਨੂੰ ਦਿੱਲੀ ਭੇਜਿਆ ਸੀ, ਔਰ ਕਰਾਮਾਤਾਂ ਵਿੱਚ ਉਹਨੂੰ ਅਧਿਕ ਬਣਾ ਕੇ, ਬੜਾ ਵੱਡਾ ਮਾਲਕ ਕਰਾਮਾਤਾਂ ਦਾ ਬਣਾ ਕੇ ਬਾਬਾ ਰਾਮ ਰਾਏ ਜੀ ਨੂੰ ਇੱਥੇ ਦਿੱਲੀ ਭੇਜਿਆ ਹੈ। ਜਥਾ ਸ਼ਾਹ ਚਾਹੇਗਾ ਹੇਰਾ, ਸੋ ਦਿਖ ਰਾਇਆ ਸੁਗਰ ਬਡੇਰਾ। ਜੋ ਬਾਦਸ਼ਾਹ ਚਾਹੇਗਾ, ਸਾਡੇ ਪਿਤਾ ਜੀ ਨੇ ਕਿਹਾ ਸੀ ਉਹ ਰਾਮ ਰਾਏ ਉਹਨਾਂ ਨੂੰ ਵਿਖਾਏਗਾ, ਜੇ ਬਾਦਸ਼ਾਹ ਜੋ ਵੇਖਣਾ ਚਾਹੇਗਾ ਉਹ ਰਾਮ ਰਾਏ ਉਹਨਾਂ ਨੂੰ ਕਰਕੇ ਵਿਖਾਵੇਗਾ, ਕਿਉਂਕਿ ਰਾਮ ਰਾਏ ਸੁਗੜ ਹੈ, ਸਿਆਣਾ ਹੈ, ਉਹ ਜੋ ਜੋ ਬਾਦਸ਼ਾਹ ਕਹੇਗਾ ਉਹਨੂੰ ਕਰਕੇ ਵਿਖਾਵੇਗਾ। ਤੁਮਨੇ ਤੈ ਪਹੁੰਚਣ ਕੀ ਚਾਹੋ, ਮੈਂ ਕਰਨੀ ਆਪਣੇ ਮਨ ਮਾਓ। ਸਾਡੇ ਪਿਤਾ ਜੀ ਨੇ ਸਾਨੂੰ ਕਿਹਾ ਸੀ ਕਿ ਗੁਰੂ ਹਰਿਕ੍ਰਿਸ਼ਨ ਜੀ ਤੁਸੀਂ ਦਿੱਲੀ ਨਾ ਜਾਇਆ ਜੇ, ਤੁਸੀਂ ਉੱਥੇ ਜਾਣ ਦੀ ਚਾਹਨਾ ਨਾ ਕਰਿਆ ਜੇ ਬਾਦਸ਼ਾਹ ਕੋਲ। ਸਾਡੇ ਪਿਤਾ ਜੀ ਨੇ ਸਾਨੂੰ ਇਹ ਆਗਿਆ ਲਾਈ ਸੀ ਕਿ ਉੱਥੇ ਬਾਬਾ ਰਾਮ ਰਾਏ ਜੀ ਗਏ ਹੋਏ ਨੇ ਬਾਦਸ਼ਾਹ ਕੋਲ, ਬਾਦਸ਼ਾਹ ਨਾਲ ਮੇਲ ਮਿਲਾਪ ਕਰਕੇ ਬਾਦਸ਼ਾਹ ਨੂੰ ਕਰਾਮਾਤਾਂ ਵਿਖਾ ਰਹੇ ਨੇ, ਅਜ਼ਮਤਾਂ ਵਿਖਾ ਰਹੇ ਨੇ, ਜੋ ਬਾਦਸ਼ਾਹ ਕਹਿੰਦਾ ਉਹ ਕਰਕੇ ਵਿਖਾ ਰਹੇ ਨੇ, ਤੇ ਸਾਨੂੰ ਸਾਡੇ ਪਿਤਾ ਜੀ ਨੇ ਕਿਹਾ ਸੀ ਤੁਸੀਂ ਬਾਦਸ਼ਾਹ ਕੋਲ ਨਾ ਜਾਇਆ ਜੇ, ਤੁਸੀਂ ਬਾਦਸ਼ਾਹ ਕੋਲ ਨਾ ਜਾਇਆ ਜੇ, ਨਾ ਹੀ ਉੱਥੇ ਜਾਣ ਦੀ ਚਾਹਨਾ ਕਰਨੀ। ਕਿਸੇ ਹੇਤ ਕਰ ਦਿੱਲੀ ਜਾਵੋ,
ਸਿੱਖ ਸੰਗਤ ਤੋਂ ਦਰਸ ਦਿਖਾਓ। ਸਾਡੇ ਪਿਤਾ ਜੀ ਨੇ ਕਿਹਾ ਸੀ ਤੁਹਾਨੂੰ ਬਾਦਸ਼ਾਹ ਕੋਲ ਜਾਣ ਦੀ ਲੋੜ ਨਹੀਂ, ਹਾਂ ਜੇ ਕਿਸੇ ਕਾਰਨ ਕਰਕੇ ਤੁਹਾਨੂੰ ਦਿੱਲੀ ਜਾਣਾ ਵੀ ਪਵੇ। ਇਹ ਵੀ ਹੁਕਮ ਸੀ ਸਾਡੇ ਪਿਤਾ ਦਾ ਕਿ ਜੇ ਤੁਹਾਨੂੰ ਕਿਸੇ ਕਾਰਨ ਕਰਕੇ ਦਿੱਲੀ ਜਾਣਾ ਵੀ ਪਵੇ ਤੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਜਾ ਕੇ ਦਰਸ਼ਨ ਦੇਣੇ ਨੇ, ਦਿੱਲੀ ਦੀਆਂ ਸੰਗਤਾਂ ਨੂੰ ਜਾ ਕੇ ਦਰਸ਼ਨ ਦਿਖਾਉਣੇ ਹਨ। ਤੋ ਸ਼ਾਸਨ ਮੇਲ ਨਾ ਕਰਨਾ, ਪਰ ਬਾਦਸ਼ਾਹ ਨਾਲ ਮੇਲ ਨਹੀਂ ਕਰਨਾ। ਇਹ ਸਾਡੇ ਪਿਤਾ ਦਾ ਹੁਕਮ ਹੈ ਕਿ ਬਾਦਸ਼ਾਹ ਔਰੰਗਜ਼ੇਬ ਨਾਲ ਮੇਲ ਨਹੀਂ ਕਰਨਾ, ਬਾਦਸ਼ਾਹ ਨਾਲ ਮੁਲਾਕਾਤ ਨਹੀਂ ਕਰਨੀ। ਇਹ ਨਾ ਮਨੋਰਥ ਕਰੋ ਅਚਰਨਾ, ਤੇ ਇਹ ਮਨੋਰਥ ਨਹੀਂ ਕਰਨਾ ਬਾਦਸ਼ਾਹ ਨਾਲ ਮਿਲਣ ਦਾ ਜਾਂ ਬਾਦਸ਼ਾਹ ਨਾਲ ਮਿਲਾਪ ਕਰਨ ਦਾ। ਇੱਕ ਸਥਲ ਓਵਨ ਯੁਗ ਪ੍ਰਾਤ, ਮੱਥਰ ਉਪਜਿਆ ਔਰ ਬਖਿਆਤ। ਇਹ ਦੋਵੇਂ ਭਰਾ ਇੱਕੋ ਸਭਾ ਦੇ ਵਿੱਚ ਜਾਣਗੇ ਤੇ ਦੋਵਾਂ ਵਿੱਚ ਈਰਖਾ ਪੈਦਾ ਹੋਵੇਗੀ। ਇਹ ਸਾਡੇ ਪਿਤਾ ਦੀ ਆਗਿਆ ਸੀ ਕਿ ਉੱਥੇ ਵੱਡਾ ਭਰਾ ਪਹੁੰਚਿਆ ਹੋਇਆ, ਉਹ ਆਪਣੀਆਂ ਕਰਾਮਾਤਾਂ ਅਜਮਤਾਂ ਵਿਖਾ ਰਿਹਾ ਤੇ ਉੱਥੇ ਤੁਸੀਂ ਵੀ ਜਾਓਗੇ ਬਾਦਸ਼ਾਹ ਕੋਲ, ਤੁਸੀਂ ਵੀ ਕੋਈ ਕਲਾ ਵਿਖਾਓਗੇ ਤੇ ਦੋਵਾਂ ਭਰਾਵਾਂ ਵਿੱਚ ਵਿਰੋਧ ਵਧੇਗਾ, ਦੋਵਾਂ ਭਰਾਵਾਂ ਵਿੱਚ ਦੁਸ਼ਮਣੀ ਵਧੇਗੀ, ਈਰਖਾ ਵਧੇਗੀ। ਇਹ ਸਾਡੇ ਪਿਤਾ ਦੀ ਸਾਨੂੰ ਆਗਿਆ ਹੈ ਕਿ ਬਾਦਸ਼ਾਹ ਦੀ ਕਚਹਿਰੀ 'ਚ ਨਹੀਂ ਜਾਣਾ। ਜੇ ਬਾਦਸ਼ਾਹ ਕੋਲ ਜਾਓਗੇ ਤੇ ਤੁਹਾਡਾ ਦੋਵਾਂ ਭਰਾਵਾਂ ਵਿੱਚ ਆਪਸੀ ਈਰਖਾ ਤੇ ਦਵੈਸ਼ ਵਧੇਗੀ। ਅਪਰ ਸਖਾ ਨੇ ਭਰਾਤ ਸਮਾਨ, ਭਰਾ ਵਰਗਾ ਦੁਨੀਆਂ 'ਚ ਕੋਈ ਮਿੱਤਰ ਨਹੀਂ ਹੋਇਆ ਕਰਦਾ। ਜੇ ਕਰ ਹਿਰਦੈ ਪ੍ਰੇਮ ਮਾਨ, ਪਰ ਤਾਂ ਜੇ ਭਰਾ ਦੇ ਹਿਰਦੇ 'ਚ ਪ੍ਰੇਮ ਹੈ ਫਿਰ ਤਾਂ ਦੁਨੀਆਂ 'ਚ ਭਰਾ ਵਰਗਾ ਕੋਈ ਮਿੱਤਰ ਨਹੀਂ ਹੈ। ਜੇ ਭਰਾ ਦੇ ਹਿਰਦੇ ਵਿੱਚ ਪ੍ਰੇਮ ਹੋਵੇ, ਭਾਈ ਪਨੇ ਮੈਂ ਮੁਕਤਾ ਹੈ, ਰਾਮ ਲਖਨ ਆਦਿਕ ਜਬ ਕਹੈ। ਭਰਾ ਪਣੇ ਦੇ ਵਿੱਚ ਜੇ ਪਾ ਜਾਵੇ ਤੇ ਤਾਂ ਹੀ ਭਰਾ ਹੈ ਨਾ। ਕਹਿੰਦੇ ਜਿਵੇਂ ਰਾਮ ਤੇ ਲਛਮਣ ਦੋਵਾਂ ਦਾ ਕਿੰਨਾ ਪਿਆਰ ਹੈ, ਦੋਵੇਂ ਭਰਾ ਹੀ ਸੀ, ਦੋਵਾਂ ਦਾ ਕਿੰਨਾ ਪਿਆਰ ਸੀ। ਕਹਿੰਦੇ ਜੇ ਪ੍ਰੇਮ ਦੇ ਭਾਏ ਭਾਉਂਦੇ ਨੇ ਇੱਕ ਦੂਜੇ ਨੂੰ ਤੇ ਰਾਮ ਲਛਮਣ ਦੀ ਕਹਾਣੀ ਜਗਤ ਵਿੱਚ ਪ੍ਰਗਟ ਹੈ, ਸਿੱਧ ਹੈ। ਸਹਿਤ ਪ੍ਰੇਮ ਕੇ ਜੈ ਜੁਗ ਭਾਏ, ਦੁਰਲਭ ਬਾਤ ਸੋ ਵੀ ਬਣ ਜਾਏ। ਇੱਥੇ ਦੋਵੇਂ ਭਰਾ ਪ੍ਰੇਮ ਨਾਲ ਰਹਿੰਦੇ ਹੋਣ, ਉੱਥੇ ਔਖੀ ਤੋਂ ਔਖੀ ਗੱਲ ਵੀ ਸੌਖੀ ਬਣ ਜਾਂਦੀ ਹੈ, ਉੱਥੇ ਦੁਲਭ ਤੋਂ ਦੁਲਭ ਔਖੀ ਤੋਂ ਔਖੀ ਗੱਲ ਵੀ ਸੌਖੀ ਬਣ ਜਾਂਦੀ ਹੈ। ਜਿੱਥੇ ਦੋਵੇਂ ਭਰਾ ਪ੍ਰੇਮ ਨਾਲ ਪਿਆਰ ਨਾਲ ਰਹਿੰਦੇ ਹੋਣ, ਤੁਸੀਂ ਇਹ ਸੁਣੋ ਭਰਾਤ ਸਮ ਬੈਰੀ। ਕਹਿੰਦੇ ਭਰਾ ਵਰਗਾ ਮਿੱਤਰ ਨਹੀਂ ਤੇ ਦੂਜੀ ਗੱਲ ਇਹ ਵੀ ਹੈ ਭਰਾ ਵਰਗਾ ਦੁਸ਼ਮਣ ਵੀ ਕੋਈ ਨਹੀਂ ਹੁੰਦਾ। ਜੇ ਦੁਸ਼ਮਣ ਬਣ ਜਾਏ ਤੇ ਫਿਰ ਭਰਾ ਵਰਗਾ ਕੋਈ ਵੈਰੀ ਵੀ ਨਹੀਂ ਹੋਇਆ ਕਰਦਾ। ਅਪਰ ਨਹੀਂ ਖੋਟੋ ਸਿਰ ਪੈਰੇ, ਹੋਰ ਭਰਾ ਵਰਗਾ ਖੋਟਾ ਵੈਰੀ ਕੋਈ ਨਹੀਂ ਹੋ ਸਕਦਾ। ਸਭ ਤੋਂ ਵੱਡਾ ਦੁਸ਼ਮਣ ਜੇ ਬਣ ਜਾਏ ਤੇ ਭਰਾ ਹੀ ਬਣ ਸਕਦਾ, ਭਰਾ ਵਰਗਾ ਖੋਟਾ ਦੁਸ਼ਮਣ ਕੋਈ ਨਹੀਂ ਹੋ ਸਕਦਾ। ਦਸ ਮੁਖ ਭਾਤ ਬਭੀਖਣ ਪਇਓ, ਦਸ ਮੂੰਹਾਂ ਵਾਲੇ ਰਾਵਣ ਦਾ ਭਰਾ ਹੀ ਸੀ ਵਿਭੀਸ਼ਣ, ਵਿਭੀਸ਼ਣ ਭਰਾ ਹੀ ਸੀ ਨਾ, ਦੋਵਾਂ ਦਾ ਵੈਰ ਪੈ ਗਿਆ। ਉਸੇ ਵਿਭੀਸ਼ਣ ਨੇ ਰਾਵਣ ਦੀ ਮੌਤ ਦਾ ਕਾਰਨ ਦੱਸ ਦਿੱਤਾ, ਰਾਵਣ ਨੂੰ ਕਹਿ ਦਿੱਤਾ ਜੇ ਇਹਨੂੰ ਮਾਰਨਾ ਤੇ ਸਿਰ ਨਾ ਵੱਢ, ਇਹਦੇ ਪੇਟ ਦੇ ਵਿੱਚ ਤੀਰ ਮਾਰ, ਇਹਦੇ ਵਿੱਚ ਅੰਮ੍ਰਿਤ ਦਾ ਕੁੰਡ ਹੈ ਤਾਂ ਮਰੇਗਾ। ਵਿਭੀਸ਼ਣ ਨੇ ਭੇਦ ਦੱਸਿਆ ਤੇ ਭੇਦ ਦੱਸ ਕੇ ਆਪਣੇ ਭਰਾ ਦੀ ਮੌਤ ਦਾ ਕਾਰਨ ਬਣਿਆ। ਕਹਿੰਦੇ ਇਹ ਵੀ ਜਗਤ ਵਿੱਚ ਪ੍ਰਗਟ ਹੈ, ਪ੍ਰਸਿੱਧ ਹੈ। ਬਾਲੀ ਅਰ ਸੁਗਰੀਵ ਜੁਥੀਓ, ਬਾਲੀ ਤੇ ਸੁਗਰੀਵ ਵੀ ਭਰਾ ਹੀ ਸੀ, ਕਿੱਡੇ ਵੱਡੇ ਦੁਸ਼ਮਣ ਬਣ ਗਏ। ਸੁਗਰੀਵ ਨੇ ਆਪਣੇ ਭਰਾ ਨੂੰ ਮਰਵਾ ਦਿੱਤਾ, ਆਪਣੀ ਭਰਾ ਦੀ ਮੌਤ ਦਾ ਕਾਰਨ ਬਣ ਗਿਆ। ਇਹ ਵੀ ਦੁਸ਼ਮਣੀ ਜਗਤ ਵਿੱਚ ਸਿੱਧ ਹੈ, ਪ੍ਰਗਟ ਹੈ। ਦਾਰਸ਼ਕੋ ਸ਼ਾਤੋ ਭਰਾਤਾ, ਮਹਾਰਾਜ ਜੀ ਕਹਿੰਦੇ ਤਾਂ ਪੁਰਾਣੀਆਂ ਗੱਲਾਂ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਉਮਰਾਵ ਜੀ ਆਹ ਹਾਲੇ ਕੁਝ ਸਮਾਂ ਪਹਿਲਾਂ ਦੀਆਂ ਗੱਲਾਂ ਤੁਹਾਨੂੰ ਦੱਸ ਦੇਈਏ। ਦਾਰਸ਼ਕੋ ਵੀ ਤੇ ਔਰੰਗਜ਼ੇਬ ਦਾ ਭਰਾ ਸੀ, ਮਹਾਰਾਜ ਕਹਿੰਦੇ ਕਿੱਡਾ ਵੱਡਾ ਦੁਸ਼ਮਣ ਬਣਿਆ, ਸਕੇ ਭਰਾ ਨੂੰ ਕਿਵੇਂ ਅੰਨਾ ਕਰਕੇ ਕਤਲ ਕਰਕੇ ਮਾਰਿਆ। ਮੇਰੇ ਸਾਹਿਬ ਨਿਡਰ ਨੇ, ਇਹਨੂੰ ਕਹਿੰਦੇ ਨੇ ਨਿਰਭੈਤਾ, ਨਿਡਰ ਹੋ ਕੇ ਕਹਿ ਰਹੇ ਨੇ ਉਸ ਉਮਰਾਵ ਨੂੰ ਕਿ ਦਾਰਸ਼ ਉਹ ਵੀ ਤਾਂ ਭਰਾ ਹੀ ਸੀ ਔਰੰਗਜ਼ੇਬ ਦਾ। ਬੁਰਿਆਈ ਇਨਕੀਨ ਬਖਿਆਤਾ, ਕਹਿੰਦੇ ਕਿੱਡਾ ਬੁਰਿਆਈ ਵਾਲਾ ਕੰਮ ਕੀਤਾ ਔਰੰਗਜ਼ੇਬ ਨੇ, ਕਿੱਡਾ ਵੱਡਾ ਦੁਸ਼ਮਣ ਬਣਿਆ ਆਪਣੇ ਸਕੇ ਭਰਾ ਦਾ, ਉਹਨੂੰ ਮਾਰ ਮੁਕਾਇਆ। ਇਤਿਆਦਿਕ ਜਗ ਭਏ ਅਨੇਕ, ਜਗਤ ਵਿੱਚ ਅਨੇਕਾਂ ਕਾਰਨ ਹੋਏ ਨੇ। ਇਸ ਕਰਕੇ ਸਾਡੇ ਪਿਤਾ ਦਾ ਹੁਕਮ ਹੈ ਤੁਸੀਂ ਬਾਦਸ਼ਾਹ ਦੀ ਕਚਹਿਰੀ 'ਚ ਨਹੀਂ ਜਾਣਾ। ਵੱਡਾ ਭਰਾ ਜਾਂਦਾ ਉਹਨੂੰ ਜਾਣ ਦਿਓ, ਜੇ ਤੁਸੀਂ ਜਾਓਗੇ ਤੁਹਾਡੀ ਦੁਸ਼ਮਣੀ ਹੋਵੇਗੀ ਉੱਥੇ।
وہ اپنی پھر جدم جدی ہوئے گی نا وہ رام رائے وکری کرامات اسی وکری وکھائیے کہہ دے ادھا اسی اپنے برا دے دشمن نہیں بننا چاہتے ساڈے پتا دی سانو آگیا بادشاہ دی کچہری چ نہیں جانا گنا سب کو کرے ببیک نہ ہی بادشاہ نو ملنا ہے جو نہ مرت کسو کے مارے سو پراتن چل کر سنگارے مہاراج جی کہیں دے جگت وچ سدھ ہے جیڑا کسے دے ماریا نہیں مردا نو برا بن کے کوئی مار دندا ہے برا بن کے انہوں چھیتی مار دندا جیڑا کسے دے ماریا نہیں مردا املا کر اور پتا ہمارے تاں اے گل جان کے ساڈے پتا شری گرو ہر رائے صاحب جی نے ملن شان سو کہ ہٹکارے بادشاہ نو ملن تو سانو روکیا ستگرو جی نے سانو کہا کہ بادشاہ نو نہیں ملنا اتنی شکت ہم ترے نہ کیسے پتا باک تجبرت جیسے مہاراج جی کہیں دے ساڑی مجبوری ہے انی ساڑی چ شکتی نہیں کہ اسی اپنے پتا گرو ہر رائے صاحب دی آگیا تو باہر چلیے ساڈے چ انی طاقت نہیں کہ اسی اپنے پتا جی دی آگیا تو باہر چلیے کہو گلن کو گرد بد مانا جم سمیر رقبوں پیانا اپنے ستگران کا کیا ہویا مننا وہ اس طرح مننا جویں سمیر پربت اچل تے اہل ہوندا ہے ہلدا نہیں اپنی جگہ تو اسی طرح اسی مننا ہے اپنے پتا دا بچن پران جان لو بچ میں رہو پران جان تک اسی اپنے بچن نو اس نو پال کے رکھنا ہے نہیں چلائے مان تا لےو کدے چلائے مان نہیں ہوے گا اسی بادشاہ نو نہیں ملنا نہ ہی بادشاہ دے درشن کرنے ہن اے آشے امرے اور گیرا ساڈے من دا آشا اے ساڈے من دی برتی ہے او شاہ سلیمو بڈیرا جاؤ جا کے بادشاہ نو ساڈی اے گل سنا دیو ساڈا جواب دے دیو اے سب بات دیو سمجھائے پت آئے تو میں چلے سدائے جا کے کہہ دیو بادشاہ نو کہ ستگرو جی اپنے پتا دی آگیا چ چل دے نے انہاں نے اپنے پتا دی آگیا دی الگنا نہیں کرنی سن عمراؤ باک گمبیر بیس الپ میں بدھ بر بیر عمراو بڑا حیران ہویا بھی کہہ دے عمر چھوٹی ہے بالک ہے پر گلہ انیاں گمبیر انیاں ڈونگیاں بھی حیرانی دی بات ہے وہ سن کے حیران ہویا ہے دیرگ درشی مید مہانے باقی بڑی دیرگ درشی سوچ ہے جتھے ایک پرا پہلا گیا ہویا ہے اتھے وہ جا کے وہ دے برابر جا کے بیٹھنا شریک بنن والی گل ہو گئی نا کہندے کڈی وڈی دیرگ درشی سوچ ہے جیڑی رام رائے دے من چ نہیں آئی انہاں دے من چ آ رہی ہے نالے اے کہندے نے ساڈے پتا دی سانو آگیا ہے کرامات صاحب پہچانے جان لیا وی اے کراماتاں دے صاحب مالک ہن نہیں تا پاتشاہ کے سنگ کو میں چات سہتی امنگ کہندا بھی بادشاہ نو ملن تا لوک بھجدے پھردے نے بھی بادشاہ نو اسی ملیے پر انہاں نے بادشاہ نال ملن دی امنگ ہی نہیں کیتی کہندے اسی ملنا ہی نہیں بادشاہ نو کڈے وڈے بے پرواہ نے کڈی وڈی بے پرواہی دی اوستھا ہے انہاں دی کہ بادشاہ نال ملنا نہیں چاہندے جس ٹھگ جیب مہد بڈائے بادشاہ کول جان وچ ہی بڑی بڈیائی جیڑا کوئی بادشاہ کول جاندا ہے نا تے چھاتی چوڑی کر کے ٹردا بھی میں بادشاہ نال ملیا ہویا بادشاہ نال میری ملاقات ہے جس کہبے کو نے للچائی باریاں دے من چ کوئی لالسا ہی کوئی نہیں کہندے اسی ملنا ہی نہیں بادشاہ نو ساڈے پتا دا حکم ہے کہندے حیرانی دی گل ہے واقعی اے کراماتاں دے صاحب تے کراماتاں دے مالک نے آج جگت میں کوئی نہ ایسے ہت کر شاہکار ہے کیسو اج اس جگت وچ ایسا کوئی نہیں کہ جنو بادشاہ انہیں پریم نال بلاوے کدے پیار نال بلایا گرو ہرکرشن صاحب نو کہندے انہیں پریم نال بادشاہ بلاوے اج اس جگت وچ ایسا کوئی نہیں مان دھیرج تر رہے پھر بھی بادشاہ دا کہنا نہ منے دھیرج دھارن کر کے بیٹھا رہے ایسا اس جگت وچ ہور کوئی نہیں ان کے سم یہی ایک ہے آپ بولیا کہندا انہاں ورگے بس یہی ایک نے انہاں ورگا ہور کوئی نہیں انہ ورگا انہ جہا ہور کوئی نہیں ہے ہندو ترک پیر گر ہوئے
ਮੁਰਕਾਂ ਦੇ ਪੀਰ ਹਨ ਕਹਿ ਸ਼ਾਨੇ ਅਟਕੈ ਕੋਈ ਬਾਦਸ਼ਾਹ ਦੇ ਕਹਿਣ ਤੇ ਕੌਣ ਅਟਕਦਾ ਪਰ ਇਹ ਅਟਕ ਗਏ ਨੇ ਕਹਿੰਦੇ ਅਸੀਂ ਆਉਣਾ ਹੀ ਨਹੀਂ ਕਹਿੰਦੇ ਕਿੱਡੀ ਵੱਡੀ ਬੇਪਰਵਾਹੀ ਦੀ ਅਵਸਥਾ ਹੈ ਕਰ ਸ੍ਰੀ ਉਮਰਾਓ ਬਡੇਰੇ ਬੜੀ ਤਾਰੀਫ ਕੀਤੀ ਉਮਰਾਵ ਨੇ ਕਹਿੰਦਾ ਤਾਰੀਫ ਮੈਂ ਕਰਾਂ ਕੋਈ ਮੇਰੇ ਕੋਲ ਸ਼ਬਦ ਨਹੀਂ ਹਨ ਕਿ ਮੈਂ ਕਿੰਨੀ ਕੁ ਤਾਰੀਫ ਕਰਾਂ ਹੱਥ ਜੋੜ ਬੰਦੇ ਤਿਸ ਮੇਰੇ ਮੱਥਾ ਟੇਕਿਆ ਹੱਥ ਜੋੜ ਕੇ ਬਿਸਮਾਏ ਗਮਨ ਕੋਠਾਨਾ ਉੱਥੋਂ ਹੀ ਹੈਰਾਨੀ ਨਾਲ ਵਾਪਸ ਚਲਾ ਗਿਆ ਰਿਦੀ ਵਡਾਈ ਗੁਣਤਮਾਨਾ ਗੁਰੂ ਸਾਹਿਬ ਦੀ ਵਡਿਆਈ ਨੂੰ ਗੁਣਦਾ ਜਾ ਰਿਹਾ ਜਾਏ ਸ਼ਾਤਿਕ ਕੀ ਨ ਸਲਾਮ ਜਾ ਕੇ ਔਰੰਗਜ਼ੇਬ ਨੂੰ ਮਿਲਿਆ ਤੇ ਸਲਾਮ ਕੀਤੀ ਕਹੀ ਹਕੀਕਤ ਗਾ ਜਿਸ ਕਾਮ ਸਾਰੀ ਹਕੀਕਤ ਬਾਦਸ਼ਾਹ ਔਰੰਗਜ਼ੇਬ ਨੂੰ ਸੁਣਾਈ ਕਰੀ ਆਪ ਪਰ ਖੁਸ਼ੀ ਕਨੇਰੇ ਕਹਿਣ ਲੱਗਾ ਬਾਦਸ਼ਾਹ ਗੁਰੂ ਸਾਹਿਬ ਨੇ ਤੇਰੇ ਤੇ ਬੜੀ ਖੁਸ਼ੀ ਕੀਤੀ ਹੈ ਬਨੀ ਪ੍ਰਤਿਗਿਆ ਆਪਣਾ ਵਡੇ ਪਰ ਉਹਨਾਂ ਨੇ ਆਪਣੇ ਵਡੇਰਿਆਂ ਦੀ ਕਹੀ ਹੋਈ ਪ੍ਰਤਿਗਿਆ ਵੀ ਦੱਸ ਦਿੱਤੀ ਹੈ ਉਹ ਕਹਿੰਦੇ ਸਾਡੇ ਪਿਤਾ ਦੀ ਸਾਨੂੰ ਆਗਿਆ ਤੇ ਉਹ ਅਸੀਂ ਪੱਕੀ ਕਰਕੇ ਮੰਨੀ ਹੋਈ ਹੈ ਚੱਲੇ ਨਾ ਬਿਘਨ ਬਾਯੂ ਬੈ ਕੈਸੇ ਬਾਦਸ਼ਾਹ ਨੂੰ ਨਹੀਂ ਮਿਲ ਸਕਦੇ ਸਾਡੇ ਪਿਤਾ ਦਾ ਸਾਨੂੰ ਹੁਕਮ ਹੈ ਤੇ ਉਹ ਹੁਕਮ ਅਸੀਂ ਮੋੜ ਨਹੀਂ ਸਕਦੇ ਜਿੰਨੀਆਂ ਮਰਜ਼ੀ ਹਵਾਵਾਂ ਚੱਲ ਪੈਣ ਇਤਿਹਾਸਕ ਸਭ ਬਾਤ ਸੁਣਾਈ ਏਦਾਂ ਸਾਰੀਆਂ ਗੱਲਾਂ ਉਹਨੇ ਸੁਣਾਈਆਂ ਬਾਦਸ਼ਾਹ ਨੂੰ ਪ੍ਰਾਤਨ ਕੀ ਹੋਤ ਸਦਾਏ ਭਰਾਵਾਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਸਾਰੀਆਂ ਦੱਸੀਆਂ ਸੁਣੋ ਰੰਗ ਸਮਝਿਓ ਮਨ ਮਾਈ ਔਰੰਗਜ਼ੇਬ ਨੇ ਸਮਝ ਲਿਆ ਵੇਖੋ ਪ੍ਰੇਰਕ ਤੇ ਗੁਰੂ ਸਾਹਿਬ ਹੀ ਨੇ ਨਾ ਉਹੀ ਔਰੰਗਜ਼ੇਬ ਜਿਹੜਾ ਹਠੀਆ ਸੀ ਜਿਹੜਾ ਜਿੱਦ ਕਰ ਲੈਂਦਾ ਸੀ ਵੀ ਮੈਂ ਦਰਸ਼ਨ ਕਰਨੇ ਹੀ ਕਰਨੇ ਨੇ ਜੇ ਇੱਦਾਂ ਦੀ ਜਿੱਦ ਕਰ ਲੈਂਦਾ ਪਰ ਗੁਰੂ ਸਾਹਿਬ ਨੇ ਅੰਦਰੋਂ ਹੀ ਮਨ ਪ੍ਰੇਰ ਦਿੱਤਾ ਵੀ ਉਹਦੇ ਅੰਦਰ ਉਹ ਮਨ ਚ ਫੁਰਨਾ ਹੀ ਨਹੀਂ ਫੁਰਿਆ ਵੀ ਮੈਂ ਜਾਵਾਂ ਉਹਨਾਂ ਦੇ ਦਰਸ਼ਨ ਕਰਾਂ ਪ੍ਰੇਰਕ ਤੇ ਸਤਿਗੁਰੂ ਆਪ ਨੇ ਨਾ ਅੰਦਰ ਬੈਠੇ ਪ੍ਰੇਰਦੇ ਨੇ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਹਰ ਕੋਈ ਹੈ ਹੀ ਨਹੀਂ ਸਾਰੀ ਪ੍ਰਕਿਰਿਆ ਜਿੰਨੀ ਸੰਸਾਰ ਦੀ ਹੋ ਰਹੀ ਹੈ ਉਹਦੇ ਪ੍ਰੇਰਕ ਸਤਿਗੁਰੂ ਜੀ ਆਪ ਨੇ ਕਹਿੰਦੇ ਮਨ ਚ ਸੋਚਦਾ ਔਰੰਗਜ਼ੇਬ ਇਮ ਗੰਭੀਰਤਾ ਤੇ ਲਖ ਪਾਈ ਉਹਨੇ ਆਪਣੀ ਇਸ ਗੰਭੀਰਤਾ ਨਾਲ ਸੋਚਿਆ ਵੱਡੇ ਪ੍ਰਾਤ ਕੋ ਆਸ਼ੈ ਕਹਾ ਕੈ ਬੁਲਵਾਏ ਮਥਰੀ ਮਾਂ ਕਹਿੰਦੇ ਵੱਡਾ ਭਰਾ ਕਿੱਥੇ ਰਾਮ ਰਾਏ ਕਿੱਡੀ ਵੱਡੀ ਈਰਖਾ ਉਹਦੇ ਮਨ ਚ ਈਰਖਾ ਕਰਕੇ ਉਹਨੇ ਬਾਰ ਬਾਰ ਸਾਨੂੰ ਕਹਿ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਇੱਥੇ ਬੁਲਾਇਆ ਤੋ ਛਿਮਾ ਜੁਤੀ ਨਕੀ ਬਾਨੀ ਪਰ ਵੇਖੋ ਇਹਨਾਂ ਦੇ ਮਨ ਚ ਕੋਈ ਉਹਨਾਂ ਪ੍ਰਤੀ ਵੈਰ ਹੈ ਹੀ ਨਹੀਂ ਰਾਮ ਰਾਏ ਈਰਖਾ ਕਰਦਾ ਉਹਨਾਂ ਨਾਲ ਪਰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਮਨ ਕਿੰਨਾ ਨਿਰਛਲ ਤੇ ਨਿਰਹਲ ਹੈ ਨਹੀਂ ਦੁਵੈਸ਼ ਕੀ ਵਿਦ ਕਿਮ ਠਾਨੀ ਉਹਨਾਂ ਦੇ ਮਨ ਚ ਰੰਚਕ ਭਰ ਵੀ ਦੁਵੈਸ਼ ਦੀ ਗੱਲ ਕੋਈ ਨਹੀਂ ਅਰਗਾਦੀ ਪਰ ਬੈਠਿਓ ਜੋਏ ਅਜ਼ਮਤ ਬਿਖੈ ਅਧਿਕਤਾ ਹੋਏ ਔਰ ਜਿਹੜਾ ਗੱਦੀ ਤੇ ਵੀ ਉਹ ਬੈਠੇ ਨੇ ਔਰ ਕਰਾਮਾਤਾਂ ਵਿੱਚ ਵੀ ਇਹਨਾਂ ਤੋਂ ਵੱਡੇ ਹੋਣਗੇ ਪਰ ਫਿਰ ਵੀ ਇਹਨਾਂ ਦੇ ਮਨ ਚ ਕੋਈ ਦੁਵੈਸ਼ ਨਹੀਂ ਤਿੰਨ ਕੀ ਰੁਚੀ ਕੇ ਬਿਨਾ ਬੁਲਾਮਨ ਮੁਝ ਕੋ ਨੀਕ ਨਾ ਕਰੋ ਅਵਾਨ ਔਰੰਗਜ਼ੇਬ ਸੋਚਦਾ ਹੈ ਕਹਿੰਦਾ ਉਹਨਾਂ ਦੀ ਰੁਚੀ ਤੋਂ ਬਿਨਾਂ ਉਹਨਾਂ ਨੂੰ ਬੁਲਾਵਾਂ ਇਹ ਮੇਰੇ ਲਈ ਚੰਗਾ ਨਹੀਂ ਮੈਨੂੰ ਵੀ ਉਹਨਾਂ ਦੀ ਆਗਿਆ ਚ ਚੱਲਣਾ ਚਾਹੀਦਾ ਜੋ ਉਹਨਾਂ ਨੇ ਹੁਕਮ ਕੀਤਾ ਉਹ ਮੈਨੂੰ ਵੀ ਮੰਨਣਾ ਚਾਹੀਦਾ ਇਮ ਸਮਝਿਓ ਨਰੰਗ ਮਤ ਕਰਕੇ ਏਦਾਂ ਔਰੰਗਜ਼ੇਬ ਨੇ ਗੱਲ ਆਪਣੇ ਮਨ ਚ ਸਮਝੀ ਹੈ ਹੋਇਓ ਤੂਸ਼ਨ ਹਿਰਦੇ ਵਿਚਰ ਕੈ ਹਿਰਦੇ ਵਿੱਚ ਇਸ ਗੱਲ ਦੀ ਵਿਚਾਰ ਕੀਤੀ ਤੇ ਚੁੱਪ ਕਰ ਗਿਆ ਔਰੰਗਜ਼ੇਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੀ ਮਹਿਮਾ ਦਿੱਲੀ ਨਗਰ ਵਿੱਚ ਉਜਾਗਰ ਹੋ ਰਹੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।